ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਖੂੰ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਤਨਹਾ ਸ੍ਰੀ ਮਹਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ ਦੂਖ ਨਾ ਸਕੈ ਬਿਆਪ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ ਦੂਖ ਨਾ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਕਾਟ ਕਲਕਾਲ ਰਹਾ। ਆਦਯੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ, ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਬੇਦ ਸਿਮ੍ਰਿਤ ਕਥੈ ਸਾਸਤ, ਭਗਤ ਕਰਹਿ ਵਿਚਾਰ, ਮੁਕਤ ਪਾਈਐ ਸਾਧ ਸੰਗਤ, ਬਿਨਸ ਜਾਏ ਅੰਧਾਰ। ਚਰਨ ਕਮਲ ਆਧਾਰ ਜਨਕਾ, ਰਾਸ ਪੂੰਜੀਏਕ, ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਚਰਨ ਕਮਲ ਆਧਾਰ ਜਨਕਾ, ਰਾਸ ਪੂੰਜੀਏਕ, ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਦੇ ਹਜ਼ੂਰ ਸ਼ਾਮ ਸਮੇਂ ਹਾਜ਼ਰੀਨ ਸਤਸੰਗਤ ਜੀ,
ਗੁਰੂ ਪਿਤਾ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਸਤਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਹੁਕਮਨਾਮੇ ਦੀ ਵਿਚਾਰ ਅਸੀਂ ਸ਼ਾਮ ਦੇ ਦੀਵਾਨ ਵਿੱਚ ਕਰਦੇ ਹਾਂ। ਅੱਜ ਦਾ ਇਹ ਬਚਨ ਤਨਹਾਸਰੀ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਜੀ ਦਾ ਇਹ ਪਾਵਨ ਸੰਦੇਸ਼ ਹੈ। ਵਿਚਾਰ ਰਹਾਉ ਦੇ ਪਦੇ ਤੋਂ ਪ੍ਰਾਰੰਭ ਹੁੰਦੀ ਹੈ। ਸਾਹਿਬ ਜ਼ਿਕਰ ਕਰ ਰਹੇ ਨੇ, ਸਾਧੂ ਸੰਗ ਭਜੋ ਗੁਪਾਲ, ਆਨ ਸੰਜਮ ਕਿਛ ਨਾ ਸੂਝ ਹੈ, ਇਹ ਯਤਨ ਕਾਟ ਕਲ ਕਾਲ। ਸਾਧੂ ਸੰਗ ਭਜੋ ਗੁਪਾਲ, ਭਜੋ ਦਾ ਮਤਲਬ ਭਜਨ ਕਰਨਾ, ਜਿਹਨੂੰ ਸਰਲ ਭਾਵ ਦੇ ਵਿੱਚ ਅਸੀਂ ਅਲਾਪਣਾ ਕਹਿ ਸਕਦੇ ਹਾਂ, ਸਿਮਰਨਾ ਕਹਿ ਸਕਦੇ ਹਾਂ, ਜਾਂ ਜਿਹਨੂੰ ਅੰਗਰੇਜ਼ੀ ਜ਼ਬਾਨ ਦੇ ਵਿੱਚ ਅਸੀਂ ਰਿਸਾਈਟ ਕਰਨਾ ਕਹਿੰਦੇ ਹਾਂ। ਸਾਧੂ ਸੰਗ ਭਜੋ ਗੋਪਾਲ। ਹੁਣ ਇਸ ਨੂੰ ਇਸ ਤਰੀਕੇ ਨਾਲ ਦੇਖਿਆ ਜਾਏ, ਜਿਵੇਂ ਅਸੀਂ ਗੁਰਬਾਣੀ 'ਚ ਬਹੁਤ ਸਾਰੇ ਐਸੇ ਬਚਨ ਵਾਰ ਵਾਰ ਪੜ੍ਹਦੇ ਹਾਂ। ਆਪ ਸੁਖਮਨੀ ਸਾਹਿਬ ਹੀ ਪੜ੍ਹੋ, ਸ਼ੁਰੂਆਤ ਹੀ ਉਹਦੀ ਹੁੰਦੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਇੱਕ ਹੈ, ਨਾਮ ਜਪਤ ਅਗਣਿਤ ਅਨੇਕ ਹੈ। ਹੁਣ ਸਿਮਰੋ ਸਿਮਰ ਸਿਮਰਨ ਸਿਮਰਨ ਦੀ ਗੱਲ ਹੋ ਰਹੀ ਵਾਰ ਵਾਰ ਅਲਾਪਣ ਦੀ, ਜਾਂ ਸਾਹਿਬ ਲਿਟਰਲੀ ਤੌਰ 'ਤੇ ਕਿਤੇ ਕਿਤੇ ਕਹਿ ਰਹੇ ਨੇ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ, ਇਹ ਮੇਰੇ ਮਨਾ ਪ੍ਰਭੂ ਦੀ ਬਾਣੀ ਨੂੰ ਜਪ ਤੂੰ, ਜਿਹੜੀ ਬਾਣੀ ਸਾਧੂ ਜਨਾਂ ਦੇ ਜ਼ਰੀਏ ਚੰਗੇਰੇ ਮੁਰਖ ਪੁਰਖਾਂ ਉਹਨਾਂ ਰੂਪ ਦੇ ਵਿੱਚ ਕਾਇਨਾਤ ਵਿੱਚ ਆਮਦ ਲੈ ਰਹੀ ਹੈ। ਇਸ ਤਰੀਕੇ ਨਾਲ ਮਹਾਰਾਜ ਨੇ ਸਾਨੂੰ ਵਾਰ ਵਾਰ ਪ੍ਰੇਰਿਆ ਹੈ ਕਿ ਤੁਸੀਂ ਇਸ ਰੂਪ ਵਿੱਚ ਉਹਦੇ ਨਾਲ ਜੁੜੋ। ਪਰ ਇਹਦੇ ਵਿੱਚ ਜਿਹੜਾ ਖਾਸ ਕਰਕੇ ਆ ਰਿਹਾ, ਸਾਧੂ ਸੰਗ ਭਜੋ ਗੋਪਾਲ। ਸਾਧੂ ਸੰਗ ਧਾਰਮਿਕ ਤੌਰ 'ਤੇ ਜਦੋਂ ਬੰਦਾ ਕੋਈ ਵੀ ਕਿਰਿਆ ਕਲਾਪ ਕਰਦਾ ਹੈ, ਕੋਈ ਵੀ ਕਰਮ ਕਰਦਾ ਹੈ, ਇੱਕ ਤਾਂ ਜੋ ਉਹ ਕਿਰਿਆ ਕਲਾਪ ਕਰਮ ਕਰ ਰਿਹਾ ਹੈ ਉਹਦਾ ਉਸਨੂੰ ਆਤਮਕ ਤੌਰ 'ਤੇ ਵਿਹਾਰਕ ਤੌਰ 'ਤੇ ਕਿੰਨਾ ਬੈਨੀਫਿਟ ਆ, ਅਤੇ ਦੂਸਰਾ ਉਹਦੇ ਵਿਹਾਰ ਅਤੇ ਉਹਦੇ ਜੀਵਨ ਦੇ ਉਸ ਰਹੋਰੀਤ ਦੇ ਸਦਕਾ ਆਲੇ ਦੁਆਲੇ ਵਿੱਚ ਕੀ ਕੰਟਰੀਬਿਊਸ਼ਨ ਹੋ ਰਿਹਾ ਹੈਗਾ, ਇੱਥੋਂ ਧਰਮ ਦਾ ਪਤਾ ਲੱਗਦਾ ਹੈ। ਜੇ ਕੋਈ ਵੀ ਕਿਰਿਆਕਲਾਪ ਮੈਂ ਧਾਰਮਿਕ ਤੌਰ 'ਤੇ ਕਰ ਰਿਹਾ, ਮੇਰੇ ਵਿਹਾਰ ਨੂੰ ਕੋਈ ਬੈਨੀਫਿਟ ਨਹੀਂ ਉਹਦੇ ਵਿੱਚੋਂ, ਮੇਰੇ ਜੀਵਨ ਦੀ ਸਮੁੱਚੀ ਉਸਾਰੀ ਵਿੱਚ ਉਹਦਾ ਕੋਈ ਯੋਗਦਾਨ ਨਹੀਂ, ਅਤੇ ਬਾਣੀ ਉਸ ਨੂੰ ਕਹਿੰਦੀ ਹੈ ਕਿ ਇਹ ਹਿਪੋਕ੍ਰੇਸੀ ਹੈ, ਪਖੰਡ ਹੈ। ਅਸੀਂ ਲਿਟਰਲੀ ਤੌਰ 'ਤੇ ਬਾਣੀ 'ਚੋਂ ਮੈਂ ਬਚਨ ਦੁਹਰਾਵਾਂ, ਅਤੇ ਅਸੀਂ ਬਚਨ ਪੜ੍ਹਦੇ ਹਾਂ, ਅਨੇਕਾਂ ਵਾਕ ਨੇ ਸਭ ਕਹਿੰਦੇ, ਹਰ ਹਰ ਕਰਹਿ ਨਿਤ ਕਪਟ ਕਮਾਵ ਹੈ। ਹੁਣ ਹਰੀ ਹਰੀ ਮੂੰਹ ਤੋਂ ਬੋਲਣਾ ਹੈ, ਕੰਨਾਂ ਤੋਂ ਸੁਣਨਾ ਹੈ, ਅੱਖਾਂ ਤੋਂ ਪੜ੍ਹਨਾ ਹੈ, ਪਰ ਅਲਟੀਮੇਟਲੀ ਇਨਵੋਲਵਮੈਂਟ ਤਾਂ ਮਨ ਦੀ ਹੈ ਨਾ। ਮਨ ਵਿੱਚ ਉਹਦੇ ਵਿੱਚ ਹਾਜ਼ਰ ਹੋਏਗਾ, ਮਨ ਅਹਿਸਾਸੇਗਾ ਕੀ ਪੜ੍ਹ ਰਿਹਾ, ਕੀ ਸੁਣ ਰਿਹਾ, ਕੀ ਬੋਲ ਰਿਹਾ। ਇਸ ਲੈਵਲ 'ਤੇ ਆਪਣੇ ਆਪ ਨੂੰ ਥੋੜ੍ਹਾ ਦਰਪਣ ਕਰ, ਆਰਸੀ ਵਿੱਚ ਲਾ ਆਪਣੇ ਆਪ ਨੂੰ। ਜੇ ਇਸ ਤਰੀਕੇ ਦੇ ਨਾਲ ਦੇਖਿਆ ਜਾਏਗਾ ਤਾਂ ਫਿਰ ਯਕੀਨਨ ਤੌਰ 'ਤੇ ਵਿਹਾਰ ਬਦਲਣ ਦੀ ਗੁੰਜਾਇਸ਼ ਵੱਧ ਜਾਏਗੀ, ਸੰਭਾਵਨਾ ਬਦਲ ਜਾਏਗੀ। ਹੁਣ ਉਹ ਕੋਈ ਵੀ ਚੀਜ਼ ਹੋ ਸਕਦੀ ਹੈ, ਉਹ ਮੇਰੇ ਅਹੰਕਾਰ ਹੋ ਸਕਦਾ ਹੈ, ਮੇਰਾ ਕ੍ਰੋਧ ਹੋ ਸਕਦਾ ਹੈ, ਮੇਰਾ ਕੋਈ ਬੇਵਜ੍ਹਾ ਗਿਲਟ ਐਵੇਂ ਪਛਤਾਤਾਪ ਚੱਕੀ ਫਿਰਦਾ ਨਾਲ, ਕੁਝ ਚੀਜ਼ ਵੀ ਹੋ ਸਕਦੀ ਹੈ ਇਸ ਰੂਪ ਦੇ ਵਿੱਚ। ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ, ਜਿਹੜੀਆਂ ਮੈਨੂੰ ਜ਼ਹਿਨੀ ਤੌਰ 'ਤੇ ਪਰੇਸ਼ਾਨ ਕਰਦੀਆਂ, ਅਤੇ ਉਹਨਾਂ ਦੇ ਸਦਕਾ ਮੇਰਾ ਵਿਹਾਰ
ਸਾਰੇ ਕਾਸੇ ਦੇ ਉੱਤੇ ਜਿਹੜਾ ਹੈਗਾ ਪ੍ਰਭਾਵ ਗਲਤ ਪਾ ਰਿਹਾ ਹੈਗਾ। ਮੈਨੂੰ ਥੋੜ੍ਹਾ ਹੋਰ ਸਰਲ ਭਾਵ ਦੇ ਵਿੱਚ ਜਿਹੜਾ ਹੈਗਾ ਮੈਂਟਲ ਹੈਲਥ ਵਾਲੀ ਸਾਈਡ ਤੋਂ ਐਕਸਪਲੇਨ ਕਰਕੇ ਫਿਰ ਇਸ ਬਚਨ 'ਤੇ ਆ ਜਾਂਦਾ। ਸਾਧੂ ਸੰਗ ਭਜੋ ਗੋਪਾਲ। ਸਪੋਜ਼ ਅੰਦਾਜ਼ਾ ਲਾਓ ਕਿ ਮੇਰੇ ਕੋਈ ਕੰਮ ਕਾਰ ਦੇ ਵਿੱਚ ਕੋਈ ਰੋਕ ਪੈ ਗਈ ਹੈ, ਮੇਰਾ ਕਿਤੇ ਕਿਸੇ ਕੋਵਰਕਰ ਨਾਲ ਝਗੜਾ ਹੋ ਗਿਆ ਹੈ, ਮੇਰਾ ਚਲੋ ਇਹ ਕੁਛ ਵੀ ਨਹੀਂ ਹੋਇਆ, ਫਿਜ਼ੀਕਲੀ ਮੇਰੀ ਹੈਲਥ ਮੇਰੇ ਨਾਲ ਕੋਪ ਨਹੀਂ ਕਰ ਰਹੀ, ਮੈਂ ਕੁਛ ਕਰਨਾ ਚਾਹੁੰਦਾ ਵਾਂ, ਐਕਸਰਸਾਈਜ਼ ਕਰਨਾ ਚਾਹੁੰਦਾ, ਸਰੀਰ ਸਾਥ ਨਹੀਂ ਦਿੰਦਾ, ਮੈਂ ਕੁਝ ਜਿਹੜਾ ਹੈਗਾ ਆਪਣੇ ਸਵੇਰੇ ਸ਼ਾਮ ਆਪਣੀ ਰੂਟੀਨ ਦੇ ਵਿੱਚ ਕੁਝ ਚੇਂਜਸ ਕਰਨਾ ਚਾਹੁੰਦਾ, ਸਰੀਰ ਸਾਥ ਨਹੀਂ ਦਿੰਦਾ, ਐਨੀ ਵੇ ਕੁਝ ਇਸ ਤਰੀਕੇ ਦਾ ਹੋ ਰਿਹਾ। ਇਹਦਾ ਜਿਹੜਾ ਸਿੱਧੇ ਤੌਰ 'ਤੇ ਪ੍ਰਭਾਵ ਪੈਣਾ ਹੈ ਉਹ ਇਹ ਪੈਣਾ ਹੈ, ਮੇਰਾ ਮਨ ਇਰੀਟੇਟ ਹੋਏਗਾ। ਹੁਣ ਜਿਹੜੀ ਇਰੀਟੇਸ਼ਨ ਹੈਗੀ ਹੈ ਉਹਦਾ ਰੀਜ਼ਨ ਤਾਂ ਇਹ ਬਣ ਰਿਹਾ ਇਹਨਾਂ 'ਚੋਂ ਕੋਈ, ਅਤੇ ਉਹ ਇਰੀਟੇਸ਼ਨ ਹੋਣ ਦੇ ਸਦਕਾ ਸ਼ਿਕਾਰ ਜਿਹੜਾ ਬਣੇਗਾ ਮੇਰਾ ਉਹ ਕੌਣ ਆ? ਮੇਰੇ ਨੇੜੇ ਵਾਲੇ ਆਲੇ ਦੁਆਲੇ ਵਾਲੇ ਲੋਕ, ਉਹ ਮੇਰੇ ਘਰ ਦੇ ਜੀਆਂ ਤੋਂ ਲੈ ਕੇ ਅਤੇ ਮੇਰੇ ਨਾਲ ਕੰਮ ਕਰਨ ਵਾਲੇ ਆਲੇ ਦੁਆਲੇ ਰਹਿਣ ਸਭ ਤਰੀਕੇ ਦੇ ਲੋਕ ਜਿਹੜੇ ਹੈਗੇ ਨੇ ਉਹ ਸ਼ਿਕਾਰ ਹੋਣਗੇ ਉਹਦਾ। ਇਹਦੇ ਨਾਲ ਜਿਹੜੀ ਇਰੀਟੇਸ਼ਨ ਹੈਗੀ ਮੇਰੇ ਅੰਦਰ ਉਹ ਵਿਹਾਰ ਪੈਦਾ ਕਰੇਗੀ, ਉੱਥੇ ਜਾ ਕੇ ਦਿੱਕਤਦਾਰੀ ਆਏਗੀ ਅਤੇ ਅਗਲਿਆਂ ਦੀ ਵੀ ਤਾਂ ਕੋਈ ਆਪਣੀ ਮੁਸ਼ਕਲ ਮੁਸੀਬਤ ਹੋਏਗੀ। ਅਗਲਾ ਆਪਣੇ ਲੈਵਲ 'ਤੇ ਕੁਝ ਆਪਣੀ ਕੁਝ ਜਿਹੜੀ ਹੈਗੀ ਹੈ ਅਨਕੰਫਰਟ ਸਾਈਡ ਲਈ ਫਿਰਦਾ ਹੋਏ, ਉਹਦੀ ਉਸ ਪਾਸਿਓਂ ਜਿਹੜੀ ਹੈਗੀ ਚੀਜ਼ ਕੋਈ ਸਟ੍ਰੈਸਡ ਹੋ ਕੇ ਮੇਰੇ ਵਾਲੇ ਪਾਸੇ ਆਵੇਗੀ, ਅਤੇ ਐਂਡ ਆਫ ਦਾ ਡੇ ਹੋਏਗਾ ਕੀ ਹੋਏਗਾ? ਬੰਦਾ ਮਿਜ਼ਰੇਬਲ ਬਣ ਜਾਏਗਾ, ਮਿਜ਼ਰੀ ਟੋਟਲੀ। ਇੱਥੋਂ ਫਿਰ ਬੰਦੇ ਨੂੰ ਬਿਲਕੁਲ ਕੋਈ ਵੀ ਚੀਜ਼ ਚੰਗੀ ਨਹੀਂ ਲੱਗੇਗੀ। ਹੁਣ ਇਹ ਜਿਹੜਾ ਸਾਰਾ ਕੁਝ ਲੈਵਲ ਹੈਗਾ ਇਸ ਸਾਰੇ ਨੂੰ ਸੁਧਾਰਨ ਵਾਸਤੇ ਬੰਦੇ ਨੂੰ ਮਨ ਦੇ ਪੱਧਰ 'ਤੇ ਆਪਣੇ ਆਪ ਨੂੰ ਦੇਖਣਾ, ਗੋਖਣਾ, ਪੜਤਾਲਣਾ ਪਏਗਾ। ਐਟਲੀਸਟ ਜੋ ਕੁਝ ਹੋ ਰਿਹਾ, ਵਾਪਰ ਰਿਹਾ ਹੈਗਾ, ਉਹਦੇ ਰੂਟਸ 'ਤੇ ਉਹਨੂੰ ਵੇਖਣੇ ਪੈਣਗੇ ਨਾ ਅੰਦਰ ਜਾ ਕੇ। ਭਜਨ ਬੰਦਗੀ ਸਾਨੂੰ ਇਸ ਅਹਿਸਾਸ ਤੱਕ ਲਿਜਾਣ ਵਾਸਤੇ ਸਭ ਤੋਂ ਵਧੀਆ ਜ਼ਰੀਆ ਹੈ। ਅਸੀਂ ਆਪਣੇ ਆਪ ਨੂੰ ਇੱਕ ਦਰਪਣ ਦੀ ਤਰ੍ਹਾਂ ਵੇਖ ਸਕਦੇ ਹਾਂ ਕਿ ਆਖਿਰਕਾਰ ਇਹ ਬਾਤ ਕਿੱਥੋਂ ਆ ਰਹੀ ਹੈ, ਕਿਉਂ ਆ ਰਹੀ ਹੈ ਇਹ ਸਾਰੇ ਰੂਪ ਦੇ ਅੰਦਰ। ਆਪ ਹੋਰ ਰੰਗ ਦੇਖੋ। ਮੈਂ ਕੁਝ ਸਮੇਂ ਤੋਂ ਡਿਫਰੈਂਟ ਥੈਰੇਪੀਜ਼ ਪੜ੍ਹ ਰਿਹਾ ਵਾਂ, ਉਹਦੇ ਵਿੱਚ ਜ਼ਿਆਦਾਤਰ ਅੱਜ ਕੱਲ੍ਹ ਜਿਹੜਾ ਹੈਗਾ ਜਿਹਦਾ ਚਰਚਾ ਹੈਗਾ, ਜਿਹੜੀ ਬੜੀ ਸਭ ਤੋਂ ਵੱਧ ਯੂਜ਼ਫੁੱਲ ਮੰਨੀ ਜਾ ਰਹੀ ਹੈ ਥੈਰੇਪੀ, ਉਹ ਹੈਗੀ ਸੋਲਿਊਸ਼ਨ ਫੋਕਸਡ। ਵੀ ਪ੍ਰੋਬਲਮ ਟਾਕ ਤਾਂ ਕੋਈ ਵੀ ਕਰੀ ਜਾਂਦਾ, ਕਰੀ ਜਾਓ, ਵੀ ਸੋਲਿਊਸ਼ਨ ਕੀ ਇਹਦਾ ਦੱਸੋ। ਸੋ ਸੋਲਿਊਸ਼ਨ ਫੋਕਸਡ ਟੋਟਲੀ ਜਿਹੜੀ ਹੈ ਉਸ ਸਾਈਡ 'ਤੇ ਉਹਦੇ ਰੂਪ ਦੇ ਵਿੱਚ, ਇਹਦਾ ਕਾਫੀ ਚਰਚਾ ਰਿਹਾ ਪਿਛਲੇ ਕੁਝ ਸਮੇਂ ਤੋਂ, ਵਰ੍ਹਿਆਂ ਤੋਂ। ਹੁਣ ਰੀਸੈਂਟਲੀ ਉਹਦੇ 'ਚ ਵੀ ਕੁਛ ਚੀਜ਼ਾਂ ਜਿਹੜੀਆਂ ਨਿਕਲ ਕੇ ਆਈਆਂ, ਉਹ ਕਹਿੰਦੇ ਕਿ ਨਰੋਲ ਸੋਲਿਊਸ਼ਨ ਫੋਕਸਡ ਹੋ ਕੇ ਚੀਜ਼ਾਂ ਨਹੀਂ ਕਈ ਵਾਰੀ ਠੀਕ ਹੁੰਦੀਆਂ, ਜਿੰਨੀ ਦੇਰ ਤੱਕ ਕਿਸੇ ਚੀਜ਼ ਦੇ ਰੂਟ ਕੌਜ਼ ਨੂੰ ਨਹੀਂ ਫੜਦੇ। ਜੇ ਰੂਟ ਕੌਜ਼ ਫੜਨਾ ਹੈ ਤਾਂ ਐਟਲੀਸਟ ਆਪਣੇ ਆਪੇ ਨੂੰ ਇੱਕ ਵਾਰੀ ਤਾਂ ਅੰਦਰੋਂ ਉਤਾਰਨਾ ਪਏਗਾ ਨਾ, ਕੀ ਹੋ ਕੀ ਰਿਹਾ, ਆਖਰ ਚੱਲ ਕੀ ਰਿਹਾ ਹੈਗਾ। ਇੱਥੇ ਜਾ ਕੇ ਸਿਮਰਨ ਦੀ ਐਕਚੁਅਲ ਲੈਵਲ 'ਤੇ ਸਾਨੂੰ ਲੋੜ ਪੈਂਦੀ ਹੈ। ਬੰਦਾ ਕਿਸੇ ਤਰੀਕੇ ਨਾਲ ਆਪਣੇ ਥੋਟਸ ਨਾਲ ਕੋਪ ਕਰੇ ਅੰਦਰਲੇ ਸਟ੍ਰੈਸ ਨੂੰ, ਜਿਹੜੀ ਅੰਦਰ ਟਰਬੂਲੈਂਸ ਚੱਲ ਰਹੀ ਹੈ ਸਾਰੇ ਦੀ ਸਾਰੀ, ਉਹਨੂੰ ਥੋੜ੍ਹਾ ਜਿਹਾ ਸੈਟਲ ਡਾਊਨ ਕਰੇ। ਦੈਨ ਟਰਾਈ ਟੂ ਫਿਗਰ ਆਊਟ ਕਰੇ ਕਿ ਆਖਿਰਕਾਰ ਇਹ ਪਰੇਸ਼ਾਨੀ ਹੋ ਕਿੱਥੋਂ ਰਹੀ ਹੈ। ਫਿਰ ਇਹ ਸਭ ਚੀਜ਼ਾਂ ਜਿਹੜੀਆਂ ਨੇ, ਅਤੇ ਇਹਦੇ ਲਈ ਇਕੱਲਾ ਬੰਦਾ
ਕਈ ਵਾਰੀ ਨਹੀਂ ਕਰ ਪਾਉਂਦਾ। ਇਹਦੇ ਵਾਸਤੇ ਫਿਰ ਸਾਨੂੰ ਸੰਗਤ ਦੀ ਵੀ ਕਈ ਵਾਰ ਲੋੜ ਪੈਂਦੀ ਹੈ, ਅਤੇ ਉਹ ਸੰਗਤ ਸਭ ਤੋਂ ਵਧੀਆ ਸੰਗਤ ਦਾ ਜ਼ਰੀਆ ਤੁਹਾਡਾ ਘਰ ਹੋ ਸਕਦਾ ਹੈਗਾ, ਜਿੱਥੇ ਤੁਹਾਡੇ ਘਰ ਦੇ ਮੈਂਬਰ ਨੇ ਉਹਨਾਂ ਦੇ ਨਾਲ ਤੁਸੀਂ ਚਰਚਾ ਕਰੋ, ਕੁਝ ਕਰੋ। ਇਸ ਰੂਪ ਦੇ ਵਿੱਚ ਅਸੀਂ ਬੜੇ ਇਸ ਗੱਲੋਂ ਫੋਰਚੂਨ ਹੈਗੇ ਹਾਂ ਕਿ ਗੁਰੂ ਸਾਹਿਬ ਨੇ ਸਾਡੀ ਧਾਰਮਿਕ ਤੌਰ 'ਤੇ ਜਿਹੜੀ ਰਹੁ ਰੀਤ ਆ ਉਹਦੇ ਵਿੱਚ ਜਿਹੜੀ ਕੋਂਗਰੀਗੇਸ਼ਨ ਸੰਗਤ ਆ ਸੰਗਤ ਆ ਇਹਨੂੰ ਗੁਰੂ ਮਹਾਰਾਜ ਨੇ ਅਸੈਂਸ਼ੀਅਲ ਜ਼ਰੂਰੀ ਬਣਾ ਦਿੱਤਾ। ਸੋ ਇਹਦੇ ਵਿੱਚ ਤੁਸੀਂ ਪਾਰਟੀਸਪੇਟ ਕਰੋਗੇ, ਆ ਕੇ ਇੱਥੇ ਆ ਕੇ ਬੈਠੋਗੇ ਅਤੇ ਆਪ ਖੁਦ ਅਹਿਸਾਸ ਕਰਿਓ ਕਦੀ ਇਸ ਤਰੀਕੇ ਦੇ ਨਾਲ ਬੰਦਾ ਆਉਂਦਾ ਗੁਰਬਾਣੀ ਦਾ ਕੁਛ ਸ਼ਬਦ ਚੱਲਦਾ ਹੈਗਾ, ਇੰਝ ਲੱਗਦਾ ਜਿਵੇਂ ਉਹ ਸ਼ਬਦ ਮੈਨੂੰ ਹੀ ਕੁਝ ਕਹਿ ਰਿਹਾ ਹੈਗਾ, ਕੋਈ ਬਾਤ ਹੋ ਰਹੀ ਹੈ ਗੁਰਦੁਆਰੇ ਦੀ ਹਦੂਦ ਵਿੱਚ, ਇਸ ਤਰ੍ਹਾਂ ਲੱਗਦਾ ਹੈ ਇਹ ਸ਼ਾਇਦ ਮੇਰੀ ਨਹੀਂ ਗੱਲ ਹੋ ਰਹੀ। ਤਾਂ ਹੋਇਆ ਕਿ ਬੰਦਾ ਇੱਕਦਮ ਉਹਦੇ ਨਾਲ ਇੱਕ ਕਨੈਕਸ਼ਨ ਫੀਲ ਕਰਨਾ ਸ਼ੁਰੂ ਕਰ ਦਿੰਦਾ ਹੈਗਾ। ਇਹ ਕਿਸੇ ਕੋਂਗਰੀਗੇਸ਼ਨ ਕਿਸੇ ਇਹੋ ਜਿਹੇ ਜਿਹੜੀ ਗੈਦਰਿੰਗ ਦੇ ਵਿੱਚ ਜਿਹੜੀ ਟੋਟਲੀ ਸਮਰਪਿਤ ਹੈ ਬੰਦੇ ਦੇ ਆਤਮਕ ਅਤੇ ਅਧਿਆਤਮਕ ਵਿਕਾਸ ਵਾਸਤੇ, ਉੱਥੇ ਜਾ ਕੇ ਇਸ ਤਰ੍ਹਾਂ ਦੀ ਫੀਲਿੰਗ ਹੋਣੀ ਇੱਕ ਨੋਰਮਲ ਚੀਜ਼ ਆ, ਇਹ ਰੂਪ ਆ ਜਾਣਾ। ਸੋ ਸਾਹਿਬ ਪਾਤਸ਼ਾਹ ਨੇ ਸਾਨੂੰ ਇਹ ਦੱਸਿਆ ਸੀਗਾ, ਸਾਧੂ ਸੰਗ ਜਿੱਥੇ ਸਾਧਕ ਬੈਠਦੇ ਨੇ ਆ ਕੇ, ਸਾਧੂ ਲੋਕ ਬੈਠਦੇ ਜਿਹੜੇ ਜੀਵਨ ਦੇ ਸੁਧਾਰ ਵਾਸਤੇ ਉਸ ਪਾਸੇ ਜਾਣ ਵਾਸਤੇ ਤਿਆਰ ਹੁੰਦੇ ਨੇ। ਸਾਡੇ ਗੁਰਦੁਆਰੇ ਦਾ ਇੱਕ ਰੂਪ ਬਣ ਚੱਲਿਆ ਮੱਠ। ਮੱਠ ਇਹ ਹੁੰਦਾ ਹੈ, ਪੁਰਾਣੇ ਸਮੇਂ ਤੋਂ ਲੋਕ ਮੱਠਵਾਦ ਵਿੱਚ ਰਹੇ ਵੀ ਗੁਰਦੁਆਰਾ ਸਾਹਿਬ ਗਏ ਜਾ ਕੇ ਆਪਣੀ ਜਿਹੜੀ ਹੈਗੀ ਪੇਟਾ ਵਗੈਰਾ ਜਮ੍ਹਾਂ ਕਰਾਈ, ਜੋ ਕੁਝ ਵੀ ਹੈ ਕੀਤਾ ਅਤੇ ਬਸ ਫਟਾਫਟ ਜਿਹਨੂੰ ਭਾਰਤੀ ਖਿੱਤੇ 'ਚ ਕਹਿੰਦੇ ਧੋਖ ਮਾਰੋ ਅਤੇ ਨਿਕਲੋ, ਇਹ ਇਸ ਰੂਪ ਦੇ ਵਿੱਚ। ਹਾਂ ਤੁਹਾਡੇ ਕੋਲ ਸਮਾਂ ਨਹੀਂ, ਉਸ ਰੂਪ ਵਿੱਚ ਤੁਸੀਂ ਸਿਰਫ ਜਸਟ ਇੱਕ ਆਪਣੀ ਅਕੀਦਤ ਅਦਾ ਕਰਨ ਵਾਸਤੇ ਆ ਰਹੇ ਹੋ, ਠੀਕ ਹੈ ਉਸ ਰੂਪ ਦੇ ਵਿੱਚ, ਪਰ ਜੇ ਸੰਗਤ ਦੇ ਕੋਨਸੈਪਟ 'ਚ ਦੇਖਦੇ ਹਾਂ ਉਹਦੇ 'ਚ ਪਾਰਟੀਸਪੇਸ਼ਨ ਹੈ, ਅਤੇ ਪਾਰਟੀਸਪੇਸ਼ਨ ਵੀ ਫਿਰ ਐਕਟਿਵਲੀ ਹੈਗੀ ਹੈ, ਪੈਸਿਵਲੀ ਨਹੀਂ ਹੈਗੀ। ਬੰਦਾ ਆਇਆ ਆ ਕੇ 10-15-20-25 ਮਿੰਟ ਜਿਵੇਂ ਕਿਵੇਂ ਬੈਠਾ ਟਾਈਮ ਪਾਸ ਕੀਤਾ ਤੁਰ ਪਿਆ, ਨਾ ਆਪਣੇ ਮਨ ਦਾ ਕੋਈ ਅੰਦਰ ਦਾ ਵਲਵਲਾ ਉਹ ਕਿਸੇ ਲੈਵਲ 'ਤੇ ਇਜ਼ਹਾਰ ਵਿੱਚ ਆਇਆ, ਨਾ ਜੋ ਉੱਥੇ ਗੁਰਬਾਣੀ ਜਾਂ ਕੁਝ ਮੈਸੇਜ ਡਿਲੀਵਰ ਹੋ ਰਿਹਾ ਸਭ ਉਹਦੇ ਨਾਲ ਕੋਈ ਕਨੈਕਸ਼ਨ ਬਿਲਡ ਹੋਇਆ, ਫਿਰ ਇਹ ਸੰਗਤ ਨਹੀਂ ਹੋਈ। ਫਿਰ ਜਸਟ ਇੱਕ ਤਰ੍ਹਾਂ ਦੇ ਨਾਲ ਬੰਦੇ ਨੇ ਆਪਣਾ ਸਮਾਂ ਲਗਾਇਆ ਅਤੇ ਚਲਾ ਗਿਆ। ਮਹਾਰਾਜ ਨੇ ਕਿਹਾ ਨਹੀਂ, ਸੰਗਤ ਕਰਨੀ ਹੈ, ਤੂੰ ਸਾਧੂ ਸੰਗ ਭਜੋ ਗੋਪਾਲ, ਇਹੋ ਜਿਹੀ ਸੰਗਤ 'ਚ ਜਾਏ, ਗੋਪਾਲ ਦਾ ਭਜਨ ਕਰੀ, ਅੰਦਰ ਕੋਈ ਤੇਰੇ ਰੰਗ ਚੜ੍ਹੇ, ਕੁਝ ਭਜਨ ਬੰਦਗੀ ਹੋਏ, ਤੇਰਾ ਕੁਝ ਵਿਚਾਰ ਆਪਣੇ ਰੁਕਣ, ਉਹ ਵਿਚਾਰਾਂ ਦੇ ਨਾਲ ਤੇਰੀ ਸਾਂਝ ਨੂੰ ਅਸੀਂ ਮੂਵ ਕਰਨਾ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ, ਟੂ ਯੂ ਹੈਵ ਟੂ ਇੰਜੋਏ ਸਮ ਕਾਇੰਡ ਆਫ ਮੂਵ ਇਨ ਸਾਈਡ ਦੈਟ ਯੈਸ ਯੂ ਆਰ ਫੀਲਿੰਗ ਸਮਥਿੰਗ ਇਨ ਯੂਅਰ ਥੋਟਸ ਦੈਟ ਆਈ ਵਾਜ਼ ਪ੍ਰਜੈਂਟ ਓਵਰ ਦੇਅਰ ਇਨ ਕੋਂਗਰੀਗੇਸ਼ਨ, ਤੁਸੀਂ ਇਸ ਚੀਜ਼ ਨੂੰ ਸੋਚੋ ਆਫਟਰਵਰਡ ਇਸ ਤਰੀਕੇ ਦੇ ਨਾਲ। ਇੱਥੇ ਸਾਹਿਬ ਨੇ ਕਿਹਾ ਕਿ ਸਾਧੂ ਸੰਗ ਭਜੋ ਗੋਪਾਲ, ਫਿਰ ਅਗਲਾ ਜ਼ਿਕਰ ਕੀਤਾ ਆਨ ਸੰਜਮ ਕਿਛ ਨਾ ਸੂਝੈ ਇਹ ਯਤਨ ਕਾਟ ਕਲ ਕਾਲ। ਹੁਣ ਲਿਟਰਲੀ ਤੌਰ 'ਤੇ ਇਹ ਯਤਨ ਕਾਟ ਕਲ ਕਾਲ, ਕਲ ਕਾਲ ਹੈ ਕਲਾ ਕਲੇਸ਼, ਬੰਦੇ ਨੂੰ ਕੋਈ ਚੀਜ਼ ਨਹੀਂ ਮਾਰ ਸਕਦੀ ਜਲਦੀ ਕਰਕੇ। ਮਾਰਨ ਦਾ ਮਤਲਬ ਫਿਜ਼ੀਕਲ ਡੈਥ ਦੀ ਨਹੀਂ ਮੈਂ ਗੱਲ ਕਰ ਰਿਹਾ, ਕਿਸੇ ਲੈਵਲ 'ਤੇ ਬੰਦੇ ਦੀ ਜਿਹੜੀ ਲਾਈਫ ਪਰਫੋਰਮੈਂਸ ਹੈਗੀ ਹੈ, ਐਕਚੁਅਲੀ ਆਲ ਓਵਰ ਲਾਈਫ ਪਰਫੋਰਮੈਂਸ 'ਤੇ ਅਸੀਂ ਗੱਲ ਕਰੀਏ, ਜਿਹਦੇ ਵਿੱਚ ਰਿਸ਼ਤਿਆਂ 'ਚ ਡੀਲ ਕਰਨਾ, ਸੈਲਫ ਕੇਅਰ ਤੋਂ ਲੈ ਕੇ ਫੈਮਿਲੀ ਕੇਅਰ, ਸਾਰਿਆਂ ਦਾ ਆਲੇ ਦੁਆਲੇ ਧਿਆਨ ਰੱਖਣਾ, ਜਿਹੜੀ ਇਹਦੇ ਵਿੱਚ ਬੰਦੇ ਦੇ ਵਿੱਚ ਕਿਸੇ ਲੈਵਲ ਦੀ ਸਕਿੱਲ ਆ, ਕੋਈ ਕਿਸੇ ਕਿਸਮ ਦਾ ਪ੍ਰੋਫੈਸ਼ਨ ਹੈ, ਕੋਈ ਵੀ ਚੀਜ਼, ਹਰ ਚੀਜ਼ ਜਿਹੜਾ
ਇੱਕ ਤੋਂ ਬਾਅਦ ਇੱਕ ਜਿਹੜੀਆਂ ਚੀਜ਼ਾਂ ਸਾਰੀਆਂ ਜ਼ਿੰਦਗੀ ਨਾਲ ਰਿਲੇਟ ਕਰਦੀਆਂ ਨੇ। ਇਹਨਾਂ ਸਭ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਚੈਲੇਂਜਸ ਸਭ ਚੀਜ਼ਾਂ ਆਉਣਗੀਆਂ, ਬੰਦੇ ਨੂੰ ਕੁਦਰਤ ਨੇ ਐਬਿਲਿਟੀ ਦਿੱਤੀ ਹੈ, ਬੰਦਾ ਉਹਨਾਂ ਸਾਰੀਆਂ ਦੇ ਉੱਤੇ ਜਿਹੜਾ ਉਹਨਾਂ ਸਾਰਿਆਂ ਤੋਂ ਓਵਰਕਮ ਹੋ ਸਕਦਾ, ਟੇਕ ਓਵਰ ਕਰ ਸਕਦਾ, ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਉਹ ਬ੍ਰਿਜ ਓਵਰ ਕਰਕੇ ਨਿਕਲ ਸਕਦਾ ਹੈਗਾ। ਪਰ ਜਦੋਂ ਦਿੱਕਤ ਉਹ ਹੈ ਜਿੱਥੇ ਅੰਦਰ ਦਾ ਕਲੇਸ਼ ਹੀ ਨਾ ਰੁਕੇ। ਹੁਣ ਅੰਦਰ ਦਾ ਕਲੇਸ਼ ਕੀ ਹੈ? ਸੰਸਾਰ ਗਿਵ ਐਂਡ ਟੇਕ 'ਤੇ ਖੜਾ ਹੈਗਾ। ਆਪਾਂ ਕੁਝ ਦੇ ਰਹੇ ਹਾਂ, ਕੁਝ ਲੈ ਰਹੇ ਹਾਂ। ਸਪੋਜ਼ ਕਰੋ ਕਿ ਤੁਸੀਂ ਕਿਤੇ ਮਤਲਬ ਕਿਸੇ ਜਗ੍ਹਾ ਤੋਂ ਲੰਘ ਰਹੇ ਹੋ ਅਤੇ ਕੋਈ ਬੰਦਾ ਤੁਹਾਨੂੰ ਸਟੇਅਰ ਕਰਕੇ ਵੇਖਦਾ, ਇਸ ਤਰੀਕੇ ਨਾਲ ਘੂਰ ਕੇ, ਇੰਨਾ ਐਨਫ ਹੈ। ਬੰਦਾ ਮਨ ਵਿੱਚ 100 ਤਰ੍ਹਾਂ ਦੇ ਸਵਾਲ ਅੰਦਰ ਲੈ ਕੇ ਜਾਂਦਾ ਹੈਗਾ, ਬੜੇ ਭੈੜੇ ਲੋਕ ਨੇ, ਮੈਨੂੰ ਲਾਈਕ ਨਹੀਂ ਕੀਤਾ ਇਸ ਤਰ੍ਹਾਂ, ਯਾ ਇਹਦੀ ਹਿੰਮਤ ਕਿਵੇਂ ਹੋਈ, ਇਸ ਕਿਸਮ 100 ਤਰ੍ਹਾਂ ਦੀਆਂ ਗੱਲਾਂ ਅੰਦਰ ਹੋਇਆ ਕੀ ਹੈ? ਤੁਸੀਂ ਇੱਕ ਉਸ ਚੀਜ਼ ਨੂੰ ਦੇਖਿਆ ਅਤੇ ਉਹਦੇ ਤੋਂ ਕੁਝ ਲੈ ਲਿਆ, ਲੈ ਕੇ ਅਤੇ ਅੰਦਰੋਂ ਖਿਚੜੀ ਪੱਕਣੀ ਸ਼ੁਰੂ ਹੋ ਗਈ ਹੈ, ਕਲੇਸ਼ ਇੱਥੋਂ ਹੁੰਦਾ। ਅਤੇ ਸਭ ਸੰਸਾਰ ਵਿੱਚ ਇਸੇ ਰੂਪ ਵਿੱਚ ਚੱਲ ਰਿਹਾ। ਆਪਾਂ ਕਿਤੇ ਕੁਝ ਦੇ ਰਹੇ ਹਾਂ, ਕਿਸੇ ਨੂੰ ਅਸੀਂ ਖੁਸ਼ੀ ਦੇ ਰਹੇ ਹਾਂ, ਕਿਸੇ ਨੂੰ ਕਲੇਸ਼ ਦੇ ਰਹੇ ਹਾਂ, ਜਾਂ ਕੋਈ ਸਾਨੂੰ ਖੁਸ਼ੀ ਦੇ ਰਿਹਾ, ਕਲੇਸ਼ ਦੇ ਰਿਹਾ ਹੈਗਾ, ਆਹ ਰੂਪ ਲਗਾਤਾਰ ਚੱਲੀ ਜਾ ਰਿਹਾ ਹੈ। ਇੱਥੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਕਿ ਇਹ ਕਲਾ ਕਲੇਸ਼ ਅਤੇ ਇਹ ਮਨ ਦੀ ਦੁਨੀਆਂ ਵਿੱਚ ਲਗਾਤਾਰ ਚੱਲਣਗੇ। ਜ਼ਰੂਰੀ ਨਹੀਂ ਕਿ ਕੋਈ ਬੰਦਾ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿ ਇਹ ਚੀਜ਼ ਨਹੀਂ ਵਾਪਰਦੀ, ਸਭ ਨਾਲ ਵਾਪਰਦੀ, ਸਭ ਨਾਲ ਇਸ ਤਰੀਕੇ ਨਾਲ ਲਗਾਤਾਰ ਹੋ ਰਿਹਾ ਹੈਗਾ। ਪਰ ਸਾਹਿਬ ਨੇ ਕਿਹਾ, ਆਨ ਸੰਜਮ ਕਿਛ ਨਾ ਸੂਝੈ ਇਹ ਯਤਨ ਕਾਟ ਕਲਕਾਲ। ਇਸ ਚੀਜ਼ ਨੂੰ ਦੂਰ ਕਰਨ ਵਾਸਤੇ ਕੋਈ ਹੋਰ ਕਾਟ ਵਾਸਤੇ ਚੀਜ਼ ਨਹੀਂ ਹੈ। ਆਨ ਸੰਜਮ ਕਿਛ ਨਾ ਸੂਝੈ, ਸਾਧੂ ਸੰਗਤ ਅਤੇ ਭਜਨ ਬੰਦਗੀ, ਇਹਦੇ ਤੋਂ ਬਿਨਾਂ ਕੋਈ ਹੋਰ ਸੰਜਮ ਕੰਮ ਨਹੀਂ ਕਰੇਗਾ। ਜਦੋਂ ਮਹਾਰਾਜ ਇੱਥੇ ਸੰਜਮ ਦੀ ਗੱਲ ਕਰ ਰਹੇ ਨਾ, ਅਤੇ ਸੰਜਮ ਦੀ ਦੁਨੀਆਂ ਦੇ ਵਿੱਚ ਭਾਰਤੀ ਖਿੱਤੇ 'ਚ ਸ਼ਾਸਤਰ ਭਰੇ ਪਏ ਨੇ, ਉਹ ਕਿਹੋ ਜਿਹੇ ਸੰਜਮ ਨੇ? ਕੋਈ ਕਹਿ ਰਿਹਾ ਫਲਾਣੀ ਚੀਜ਼ ਖਾਣੀ ਛੱਡ ਦਿਓ, ਫਲਾਣੀ ਚੀਜ਼ ਜਿਹੜੀ ਹੈਗੀ ਹੈ ਵਰਤ ਰੱਖ ਲਓ, ਫਲਾਣੀ ਥਾਂ 'ਤੇ ਨਹਾਓ, ਫਲਾਣੀ ਥਾਂ 'ਤੇ ਸੁੱਖਣਾ ਸੁਖਾਓ, ਫਲਾਣਾ, ਇਹੋ ਜਿਹੇ ਸੰਜਮ ਅਤੇ ਇਹ ਲੋਕ ਅਕਸਰ ਕਰਦੇ ਰਹੇ। ਆਪ ਨੂੰ ਸ਼ਾਇਦ ਇਹਦਾ ਅਹਿਸਾਸ ਹੋਏ, ਮੈਂ ਤਾਂ ਕੁਝ ਇਤਿਹਾਸ ਦੀਆਂ ਵੀ ਕਾਫੀ ਚੀਜ਼ਾਂ ਪਿਛਲੇ ਦਿਨਾਂ 'ਚ ਪੜ੍ਹੀਆਂ, ਜਿਹ 'ਚ ਇਹ ਪਤਾ ਲੱਗਾ ਵੀ ਸਪੋਜ਼ ਕਰੋ ਲਿਟਰਲੀ ਚੀਜ਼ਾਂ ਹੁਣ ਹੌਲੀ ਹੌਲੀ ਸਮਝ ਆਉਣ ਲੱਗੀਆਂ ਵੀ ਕੋਈ ਬੱਚਾ ਲੜਦਾ ਬਹੁਤ ਘਰ ਦੇ ਵਿੱਚ, ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਤੁਸੀਂ ਇੱਕ ਕੰਮ ਕਰੋ, ਕਾਲੇ ਰੰਗ ਦਾ ਅਨਾਜ ਦਾ ਹੱਥ ਲਵਾ ਕੇ ਨਾ ਰੋਜ਼ ਦਾਨ ਕਰ ਦਿਓ, ਇਹਦੇ ਨਾਲ ਕੀ ਹੋ ਜਾਏਗਾ, ਇਹਦੇ ਨਾਲ ਲੜਨਾ ਬੰਦ ਕਰ ਦੇਗਾ। ਅਤੇ ਇਹ ਲੋਕ ਪੰਜਾਬੀ ਫੋਕ ਦੇ ਵਿੱਚ, ਪੰਜਾਬੀ ਫੋਕਲੋਰ 'ਚ ਚੀਜ਼ਾਂ ਲਿਖੀਆਂ, ਲੋਕ ਪ੍ਰੈਕਟਿਸ ਕਰੀ ਜਾਂਦੇ। ਫਲਾਣਾ ਜੀ ਉਹ ਜਿਹੜਾ ਘਰ ਦੇ ਵਿੱਚ ਉਹ ਜਿਹੜਾ ਹੈਗਾ ਉਹਦਾ ਗੁੱਸਾ ਬੜਾ ਭੈੜਾ ਹੈਗਾ, ਅੱਛਾ ਤੁਸੀਂ ਇੱਕ ਕੰਮ ਕਰੋ, ਉਹਦੇ ਜਿਹੜਾ ਹੈਗਾ ਉਹਦੇ ਸਰਹਾਣੇ ਆਹ ਚੀਜ਼ ਰੱਖ ਦਿਓ, ਸਵੇਰੇ ਉੱਠੇ ਉਹ ਸਰਹਾਣੇ ਚੱਕ ਕੇ ਫਲਾਣੀ ਥਾਂ 'ਤੇ ਦਿਓ। ਮਤਲਬ ਅਜੀਬ ਇਹੋ ਜਿਹੇ ਸੰਜਮ ਹੋ ਰਹੇ ਸਭ ਦੇ ਸਭ ਐਕਚੁਅਲ ਲੈਵਲ 'ਤੇ ਇਹਨਾਂ ਚੀਜ਼ਾਂ ਦੇ ਨਾਲ, ਸਵਾਏ ਇੱਕ ਫੇਕ ਸੈਟਿਸਫੈਕਸ਼ਨ ਅਤੇ ਇੱਕ ਟਾਈਮ ਵੇਸਟਿੰਗ ਐਨਰਜੀ ਵੇਸਟਿੰਗ ਤੋਂ ਬਿਨਾਂ ਹੋਰ ਤਾਂ ਕੁਝ ਵੀ ਨਹੀਂ ਹੈਗਾ। ਗੁਰੂ ਸਾਹਿਬ ਨੇ ਕਿਹਾ, ਆਨ ਸੰਜਮ ਕਿਛ ਨਾ ਸੂਝੈ ਇਹ ਯਤਨ ਕਾਟ ਕਲਕਾਲ। ਜਿਹੜਾ ਸਾਧੂ ਸੰਗ ਆ ਇਸ ਭਜਨ ਬੰਦਗੀ 'ਚ ਜਾਣਾ, ਇਹੀ ਐਕਚੁਅਲ ਤਰੀਕੇ ਦੇ ਨਾਲ ਇਸ ਕਾਲ ਕਲਕਲ ਕਲੇਸ਼ ਦੀ ਕਾਟ ਬਣੇਗਾ, ਇਸ ਵਿੱਚੋਂ ਤੈਨੂੰ ਬਾਹਰ ਕੱਢੇਗਾ ਉਸ ਰੂਪ ਦੇ ਵਿੱਚ। ਇਹਨੂੰ ਹੋਰ ਸਰਲ ਇਗਜ਼ਾਮਪਲ ਵਿੱਚ ਲੈ ਆਉਂਦਾ ਵਾਂ, ਜਿਵੇਂ ਸਪੋਜ਼ ਕਰੋ ਕੋਈ ਸ਼ਖਸ ਇਹ ਕਹਿੰਦਾ ਕਿ ਦੇਖੋ ਜੀ ਮੇਰਾ ਤਾਂ ਬੱਚਾ ਲੜ ਰਿਹਾ ਮੇਰੇ ਨਾਲ, ਅਤੇ ਮੇਰਾ ਤਾਂ ਕਸੂਰ ਹੀ ਕੋਈ ਨਹੀਂ ਹੈਗਾ, ਇਸ ਕਰਕੇ ਜੇ ਬੱਚਾ ਲੜ ਰਿਹਾ ਤਾਂ ਇਹਦੇ 'ਚ ਸੰਗਤ ਮੇਰੀ ਮੈਨੂੰ ਕਿਵੇਂ ਹੈਲਪ ਕਰੇਗੀ, ਜਾਂ ਮੇਰਾ ਉਹ ਤਾਂ ਸੰਗਤ ਕਰਨ ਵਾਸਤੇ ਤਿਆਰ ਹੀ ਨਹੀਂ ਹੈਗਾ, ਉਹ ਤਾਂ ਨਾ ਸ਼ਬਦ ਪੜ੍ਹੇ, ਨਾ ਬਾਣੀ ਪੜ੍ਹੇ, ਨਾ ਕਿਤੇ ਚੰਗੇਰਿਆਂ ਦੀ ਸੋਭਤ ਬੈਠੇ, ਉਹ ਉਸ ਰੂਪ ਵਿੱਚ ਕੀ ਹੋ ਸਕਦਾ ਹੈਗਾ? ਭਾਈ ਗੱਲ ਇਹ ਹੈ, ਜੇ ਤੁਸੀਂ ਉਹਦੀ ਸਪੋਰਟ ਹੈਗੇ ਹੋ, ਤੁਸੀਂ ਉਹਦੇ ਆਲੇ ਦੁਆਲੇ ਹੈਗੇ ਹੋ, ਤੁਸੀਂ ਆਪਣੇ ਵਿੱਚ ਕੁਝ ਖਾਸ ਕਿਸਮ ਦੇ ਚੇਂਜਸ ਲੈ ਕੇ ਆਓ ਵਿਹਾਰੀ ਤੌਰ 'ਤੇ, ਉਹ ਚੇਂਜਸ ਤੁਹਾਡੇ ਅੰਦਰ ਆਉਣੇ, ਉਹ ਵੀ ਸੰਗਤ ਦੇ ਪ੍ਰਭਾਵ ਵਿੱਚੋਂ ਪੈ ਸਕਦਾ ਹੈ, ਬੰਦਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਭਾਣਾ ਮੰਨਣ ਵਾਲੇ ਪਾਸੇ ਆਵੇ।
ਸਹਿਜ ਭਾਵ ਵਿੱਚ ਆ ਜਾਏ, ਸਰਲਤਾ ਵਿੱਚ ਆ ਜਾਏ, ਇੱਕਦਮ ਕਾਲਾ ਨਾ ਪਵੇ, ਇਹੋ ਜਿਹੀਆਂ ਚੀਜ਼ਾਂ ਕੁਝ ਕੁ ਜਿਹੜੇ ਨੇ ਚੇਂਜਿਸ, ਇਹ ਬੜਾ ਵੱਡਾ ਫਰਕ ਪੈਦਾ ਕਰ ਸਕਦੇ ਨੇ ਬਹੁਤ ਵੱਡੇ ਲੈਵਲ 'ਤੇ। ਸੋ ਇਹ ਸਭ ਚੀਜ਼ਾਂ ਸਾਡੀ ਆਪਣੇ ਵਿੱਚੋਂ ਨਿਕਲ ਕੇ ਫਿਰ ਅਗਾਂਹ ਪਰਿਵਾਰ 'ਤੇ ਅਗਾਂਹ ਫਿਰ ਸਫੁਰਤ ਹੋ ਸਕਦੀਆਂ ਨੇ। ਗੁਰੂ ਸਾਹਿਬ ਇੱਥੇ ਜ਼ਿਕਰ ਕਰਦੇ ਇਹੋ ਜਿਹਾ ਸੰਜਮ ਕਰ, ਇਹਦੇ ਮੁਕਾਬਲਤਨ ਬਾਕੀ ਸਭ ਸੰਜਮ ਕਿਸੇ ਅਰਥ ਨੇ। ਸ਼ੁਰੂਆਤੀ ਪਤਾ ਹੈ ਇਹਦੇ ਵਿੱਚ, ਦੀਨ ਦਰਦ ਨਿਵਾਰ ਠਾਕੁਰ ਰੱਖ ਹੈ ਜਨ ਕੀ ਆਪ। ਦੀਨ ਦਰਦ ਨਿਵਾਰ ਠਾਕੁਰ, ਸਾਡਾ ਕੋਈ ਵੀ ਮੁਸ਼ਕਲ ਹੈ, ਕੋਈ ਵੀ ਤਕਲੀਫ ਹੈ ਸਮਾਜ ਦੇ ਵਿੱਚ, ਬੰਦੇ ਦੀ ਸੋਚ ਉਹਨੂੰ ਫਿਕਸ ਕਰਨ ਅਤੇ ਠੀਕ ਕਰਨ ਦੀ ਘੱਟ ਹੈ, ਉਹਦਾ ਫਾਇਦਾ ਚੱਕਣ ਦੀ ਜ਼ਿਆਦਾ। ਤੁਸੀਂ ਇਹਨੂੰ ਦੇਖੋ ਇਸ ਤਰੀਕੇ ਦੇ ਨਾਲ। ਹੁਣ ਸਪੋਜ਼ ਕਰੋ ਅੱਜ ਵੈਦਰ ਦੇ ਲੈਵਲ 'ਤੇ ਜਿਹੜੀ ਗਲੋਬਲ ਵਾਰਮਿੰਗ ਹੈਗੀ ਹੈ, ਅਤੇ ਉਹਦੇ ਨਾਲ ਦੁਨੀਆ ਭਰ ਦੇ ਵਿੱਚ ਵੈਦਰ ਚੇਂਜ ਹੋ ਗਿਆ ਹੈਗਾ। ਤੁਸੀਂ ਸਾਡੇ ਓਨਟੈਰੀਓ ਦਾ ਹਾਲ ਦੇਖੋ ਕੀ ਹੋਇਆ ਪਿਆ ਹੈਗਾ, ਮਤਲਬ ਕਿੰਨੀਆਂ ਨੇਬਰਹੁੱਡ ਜਿਹੜੀਆਂ ਨੇ ਫਲੱਡਡ, ਉਹ ਵਾਟਰ ਫਲੋ ਦੇ ਕਰਕੇ ਸਭ ਹੋ ਗਈਆਂ ਨੇ। ਅਤੇ ਇਹਦੇ ਬਾਰੇ ਚਰਚਾ ਅੱਜ ਦੀ ਨਹੀਂ, ਕੋਈ 15 ਕੁ ਸਾਲ ਤੋਂ ਚਰਚਾ ਚੱਲ ਰਹੀ ਹੈ ਲਗਾਤਾਰ। 15 ਸਾਲਾਂ ਦੇ ਵਿੱਚ ਚਰਚਾ ਦੇ ਮੁਕਾਬਲਤਨ ਹੋਇਆ ਕੀ? ਹੋਇਆ ਇਹ ਵੀ ਗੌਰਮੈਂਟਸ ਨੇ ਅਤੇ ਕੁਝ ਹੋਰ ਪੋਲੀਟੀਕਲ ਜਿਹੜੇ ਐਵਨਿਊਜ਼ ਦੇ ਵਿੱਚ ਆਉਣ ਵਾਲੇ ਲੋਕ ਸੀਗੇ, ਉਹਨਾਂ ਨੇ ਇਹਨੂੰ ਬਿਜ਼ਨਸ ਮਾਡਲ ਦੀ ਤਰ੍ਹਾਂ ਫਿੱਟ ਕਰਕੇ ਅਤੇ ਕੁਝ ਬੈਨੀਫਿਟ ਲੈਣ ਦੀ ਟਰਾਈ ਕੀਤੀ। ਟੈਕਸ ਵਧਾ ਦਿਓ, ਕਾਰਬਨ ਟੈਕਸ ਲਾ ਦਿਓ, ਫਲਾਣਾ ਲਾ ਦਿਓ। ਭਾਈ ਇਹ ਇਕੱਲੇ ਇੱਕ ਚੀਜ਼ ਦੇ ਨਾਲ ਥੋੜ੍ਹਾ ਇਹ ਚੀਜ਼ ਠੀਕ ਹੋ ਜਾਣੀ ਸੀ? ਇਹ ਤਾਂ ਤੁਸੀਂ ਇਹਨੂੰ ਇੱਕ ਜਿਹੜੀ ਅਡਾਪਟੇਸ਼ਨ ਹੁੰਦੀ ਹੈ ਵੀ ਇਹ ਚੀਜ਼ਾਂ ਬਦਲ ਰਹੀਆਂ ਨੇ, ਉਹਨਾਂ ਉੱਤੇ ਪੋਲਿਸੀ ਮੇਕਿੰਗ ਬਦਲੀ ਜਾਏ, ਕੰਮ ਕੀਤਾ ਜਾਏ ਇਫੈਕਟਿਵ ਵੇ ਦੇ ਨਾਲ, ਜਿਹੜਾ ਹੈਗਾ ਇਨਵੈਸਟਮੈਂਟ ਹੋਏ, ਸਭ ਕੋਈ ਕੰਮ ਨਹੀਂ ਕੀਤਾ। ਹੋਇਆ ਕਿ ਇੱਕ ਪੂਰੇ ਦਾ ਪੂਰਾ ਬਿਜ਼ਨਸ ਮਾਡਲ ਬਣਾ ਕੇ ਪਹਿਲਾਂ ਕੈਸ਼ ਕੀਤਾ ਗਿਆ, ਹੁਣ ਇੱਕ ਨਵੇਂ ਬਿਜ਼ਨਸ ਮਾਡਲ ਦੀ ਜਿਹੜੀ ਹੈਗੀ ਉਹਦੀ ਤਿਆਰੀ ਹੋ ਰਹੀ ਹੈ। ਕਿਉਂ? ਕਿਉਂਕਿ ਜਿੰਨੇ ਲੋਕ ਵਲਨਰੇਬਲ ਹੋਣਗੇ, ਜਿੰਨੇ ਲੋਕ ਲੋੜ ਵਿੱਚ ਹੋਣਗੇ, ਉਨਾ ਜ਼ਿਆਦਾ ਅਸੀਂ ਫਾਇਦਾ ਲੈ ਸਕਾਂਗੇ। ਦੀਨ ਦੇ ਉੱਤੇ, ਅਦਨੇ ਦੇ ਉੱਤੇ ਤਰਸ ਥੋੜ੍ਹਾ ਕੁ ਕਰਦਾ ਹੈਗਾ, ਉਹਦਾ 'ਤੇ ਫਾਇਦਾ ਚੁੱਕਿਆ ਜਾਂਦਾ, ਉਹਦਾ 'ਤੇ ਬੈਨੀਫਿਟ ਲਿਆ ਜਾਂਦਾ ਹੈਗਾ। ਸੋ ਲੋਕ ਇਸ ਤਰੀਕੇ, ਇਹ ਸੰਸਾਰ ਦਾ ਨਿਯਮ ਆ। ਜਦੋਂ ਅਸੀਂ ਆਤਮਿਕ ਤੌਰ 'ਤੇ, ਮਾਨਸਿਕ ਤੌਰ 'ਤੇ ਵੀਕ ਹੁੰਦੇ ਹਾਂ ਨਾ, ਫਿਰ ਸਾਡਾ ਫਾਇਦਾ ਲੈਣ ਵਾਲੇ ਆਲੇ ਦੁਆਲੇ ਬੜੇ ਲੋਕ ਨੇ। ਉਹ ਭਾਵੇਂ ਛੋਟੇ ਛੋਟੇ ਝੋਲਾ ਛਾਪ ਹੱਥ ਵੇਖਣ ਵਾਲੇ ਲੈ ਲਓ ਤੁਸੀਂ, ਸੋ ਕਾਲਡ ਸੜਕ ਛਾਪ ਬਾਬੇ, ਅਤੇ ਭਾਵੇਂ ਤੁਸੀਂ ਹੋਰ ਸਾਰੀ ਦੁਨੀਆ ਲੈ ਲਓ। ਜਦੋਂ ਬੰਦਾ ਮੁਸ਼ਕਲ ਦੇ ਵਿੱਚ ਆ, ਉਹਨੂੰ ਹਰ ਬੰਦਾ ਹੀ ਫਿਰ ਆਪਣੇ ਆਪ ਦੇ ਵਿੱਚ ਆਪਣਾ ਟਾਰਗੇਟ ਬਣਾਉਣ ਦੀ ਟਰਾਈ ਕਰ ਰਿਹਾ ਹੁੰਦਾ ਹੈਗਾ। ਗੁਰੂ ਸਾਹਿਬ ਨੇ ਇੱਥੇ ਜ਼ਿਕਰ ਕੀਤਾ ਜੇ ਬਹੁਤ ਦੀਨ ਵੀ ਆ, ਬੜਾ ਅਦਨਾ ਵੀ ਆ, ਬੜੀ ਉਸ ਹਾਲਤ ਵਿੱਚ ਆ ਜਿੱਥੇ ਤੈਨੂੰ ਲੱਗਦਾ ਨਹੀਂ ਕੋਈ ਬਾਂਹ ਫੜੇਗਾ ਤੇਰੀ, ਤੇਰੀ ਬਿਲਕੁਲ ਹਾਲਤ ਪੇਤਲੀ ਹੋ ਚੁੱਕੀ ਹੈ, ਸਭ ਕਹਿੰਦੇ ਉੱਥੇ ਵੀ ਦੀਨ ਦਰਦ ਨਿਵਾਰ ਠਾਕੁਰ ਰੱਖ ਹੈ ਜਨ ਕੀ ਆਪ। ਆਤਮਕ ਤੌਰ 'ਤੇ ਅਕਾਲ ਪੁਰਖ ਵਾਹਿਗੁਰੂ ਜਿਹਨੇ ਜ਼ਿੰਦਗੀ ਦਿੱਤੀ ਹੈ, ਜਿਹੜਾ ਤੇਰੇ ਹਰ ਰੇਸ਼ੇ 'ਚ ਮੌਜੂਦ ਆ, ਉਸ ਸ਼ਕਤੀ ਵਾਲੇ ਪਾਸੇ ਧਿਆਨ ਕਿਉਂ ਨਹੀਂ ਲੈ ਕੇ ਜਾਂਦਾ, ਉਹਨੂੰ ਅਹਿਸਾਸ ਵਿੱਚ ਲੈ ਕੇ ਆ। ਇਹ ਸੋਚ ਜਿਹਨੇ ਇਤਨੀ ਆਲਾ ਰੂਪ ਦੇ 'ਚ ਜੀਵਨ ਦੀ ਆਭਾ ਬਖਸ਼ ਦਿੱਤੀ ਹੈਗੀ ਹੈ, ਆਖਿਰਕਾਰ ਮੁਸ਼ਕਲਾਂ ਮੁਸੀਬਤਾਂ ਨਾਲ ਲੜਨ ਦੀ ਵੀ ਤਾਕਤ ਦਏਗਾ, ਉਹ ਮੈਨੂੰ ਉਸ ਰੂਪ ਉਸ ਲੈਵਲ 'ਤੇ ਵੀ ਉਹੀ ਮਦਦਗਾਰ ਹੋਏਗਾ। ਆਹ ਬਾਤ ਸਾਹਿਬ ਇਹਦੇ 'ਚ ਇਨਡੀਡ ਕਹਿ ਰਹੇ ਕਿ ਦੀਨ ਦਰਦ ਨਿਵਾਰ ਠਾਕੁਰ, ਦੀਨਾਂ ਦਾ ਦਰਦ ਨਿਵਾਰਨ ਵਾਲਾ, ਉਹ ਅਸਲ ਹੁਕਮ ਚਲਾਉਣ ਵਾਲਾ ਅਕਾਲ ਪੁਰਖ ਰੱਖ ਹੈ ਜਨ ਕੀ ਆਪ, ਜਿਹੜਾ ਜਨ ਬਣ ਕੇ ਉਹਦੇ ਨਾਲ ਐਸੋਸੀਏਸ਼ਨ ਬਿਲ ਸਾਂਝ ਬਣਾ ਲੈਂਦਾ ਹੈਗਾ, ਉਹਦੀ ਲੱਜ ਪਾਲਦਾ। ਤਰਨ ਤਾਰਨ ਹਰ ਨਿੱਧ ਦੁੱਖ ਨਾ ਸਕੈ ਬਿਆਪ, ਤਰਨ ਤਾਰਨ ਹਰ ਨਿੱਧ। ਇਸ ਕਲਚਰ 'ਚ ਵੀ ਕਿਹਾ ਜਾਂਦਾ ਬੰਦਾ, ਜਿਵੇਂ ਪਾਣੀ ਤੋਂ ਹੀ ਮਿਸਾਲ ਦਿੱਤੀ ਜਾਂਦੀ ਹੈ ਵੀ ਜਦੋਂ ਪਾਣੀ ਵਿੱਚ ਤੁਸੀਂ ਹੁੰਦੇ ਹੋ ਅਤੇ ਪਾਣੀ ਦੇ ਵਿੱਚ ਤੁਸੀਂ ਜੇ ਤਰਨਾ ਜਾਣਦੇ ਹੋ ਅਤੇ ਤਰਨ ਵਾਸਤੇ ਤੁਹਾਡੇ ਕੋਲ ਐਨਰਜੀ ਹੈ ਅਤੇ ਤੁਸੀਂ ਸਰਵਾਈਵ ਕਰੋਗੇ।
ਜਿੱਥੇ ਤੁਹਾਡੀ ਐਨਰਜੀ ਥੋੜ੍ਹੀ ਲੋਅ ਹੋਈ ਅਤੇ ਤਰਨ ਦਾ ਵੱਲ ਤੁਹਾਨੂੰ ਨਾ ਆਇਆ, ਦੈਨ ਯੂ ਡੋਂਟ ਹੈਵ ਐਨੀ ਟਾਈਮ, ਯੂ ਆਰ ਡਨ, ਡੁੱਬ ਜਾਓਗੇ ਨਾਲ ਦੀ ਨਾਲ, ਸਿੰਕ ਕਰ ਜਾਓਗੇ ਉਸੇ ਵਕਤ। ਡੁੱਬਦੇ ਨੂੰ ਕਹਿੰਦੇ ਨੇ ਤਿਣਕੇ ਦਾ ਵੀ ਸਹਾਰਾ, ਬੜਾ ਵੱਡਾ ਸਹਾਰਾ ਹੁੰਦਾ। ਜਦੋਂ ਬੰਦਾ ਇਸ ਸੰਸਾਰ ਭਵ ਸਾਗਰ ਦੇ ਵਿੱਚ ਗੋਤੇ ਖਾਂਦਾ ਹੈ, ਅਤੇ ਇਹ ਗੋਤੇ ਲਿਟਰਲੀ ਤੌਰ 'ਤੇ ਕਹਿ ਰਿਹਾ ਵਾਂ, ਕਲਾ ਕਲੇਸ਼ ਦੀ ਬਾਤ ਇਹਦੇ 'ਚ ਹੋਈ ਹੈ। ਅੱਜ ਸਵੇਰ ਦੇ ਦੀਵਾਨ 'ਚ ਵਿਆਧ ਦੀ ਗੱਲ ਹੋ ਰਹੀ ਸੀ। ਵਿਆਧ ਜਿਹੜਾ ਹੈ ਇਹ ਸਭ ਤੋਂ ਮਾੜਾ, ਸਭ ਤੋਂ ਵਧਣਾ ਹੈਗਾ। ਫਿਲੋਸਫੀਕਲ ਸਾਈਡ ਤੋਂ ਇੱਕ ਮਿਸਾਲੀ ਸਾਈਡ 'ਤੇ ਆ ਜਾਂਦਾ ਵਾਂ। ਸਾਡੇ ਫਾਦਰ ਸਾਹਿਬ ਇੱਕ ਇਗਜ਼ਾਮਪਲ ਸਾਨੂੰ ਦਿਆ ਕਰਦੇ ਹੁੰਦੇ, ਅਤੇ ਉਹ ਕਹਿੰਦੇ ਕਿ ਸਾਡਾ ਉਹਨਾਂ ਦੇ ਬਿਲਕੁਲ ਬਰਾਦਰੀ ਵਿੱਚੋਂ ਇੱਕ ਪਰਿਵਾਰ ਸੀਗਾ, ਥੋੜ੍ਹਾ ਸ਼ਹਿਰ ਚਲਾ ਗਿਆ ਉਹ, ਅਤੇ ਦੇ ਵਰ ਡੂਇੰਗ ਵੈਰੀ ਵੈਲ ਇਕਨੋਮਿਕਲੀ, ਸ਼ਹਿਰ ਦੇ ਵਿੱਚ ਸੀਗੇ, ਬਿਜ਼ਨਸ ਮਾਈਂਡਡ ਸੀਗੇ, ਬੜਾ ਸੋਹਣਾ ਵਧੀਆ ਕੰਮ ਚੱਲ ਰਿਹਾ ਦੋਵੇਂ ਭਰਾ ਨੇ। ਅਤੇ ਹੁੰਦਾ ਇਹ ਹੈ ਕਿ ਘਰ ਦੇ ਵਿੱਚ ਵੰਡ ਹੋ ਜਾਂਦੀ ਹੈ, ਦੋਵੇਂ ਇੱਕ ਵਿਹੜੇ ਨੂੰ ਵੰਡ ਲੈਂਦੇ ਨੇ ਵੀ ਆਹ ਤੇਰੇ ਮਕਾਨ ਨੇ, ਆ ਮੇਰੇ ਮਕਾਨ, ਜਿਵੇਂ ਲੰਮੇ ਲੰਮੇ ਮਕਾਨ ਪਾਏ ਹੁੰਦੇ, ਪੰਜ ਸੱਤ ਮਕਾਨ ਇਕੱਠੇ ਪਾ ਕੇ, ਅਤੇ ਖੁੱਲ੍ਹਾ ਵਿਹੜਾ ਹੁੰਦਾ ਸੀਗਾ। ਸਪੋਜ਼ ਕਰੋ ਤਿੰਨ ਇੱਕ ਨੇ ਲੈ ਲਏ, ਤਿੰਨ ਇੱਕ ਨੇ ਲੈ ਲਏ, ਅਤੇ ਵਿਚਕਾਰ ਉਸ ਤਰੀਕੇ ਨਾਲ ਜਗ੍ਹਾ ਵਿਹੜਾ ਵੰਡ ਲਿਆ, ਅਤੇ ਹੁਣ ਉਹ ਦੋਵਾਂ ਦਾ ਸਾਂਝਾ ਨਲਕਾ ਸੀਗਾ। ਅਤੇ ਜਦੋਂ ਵੰਡ ਵੰਡਈਆ ਹੋ ਗਿਆ, ਉਹਨਾਂ ਕਿਹਾ ਕੋਈ ਗੱਲ ਨਹੀਂ, ਨਲਕਾ ਵੀ ਆਪੋ ਆਪਣਾ ਲਾ ਲਓ, ਭਾਵੇਂ ਹਾਲਾਂਕਿ ਨਲਕੇ ਦਾ ਕੀ ਜਾਂਦਾ, ਉਹ ਵੀ ਪਾਣੀ ਭਰ ਲਿਓ ਵੀ ਭਰ ਲਏ, ਪਰ ਜਦੋਂ ਵੰਡ ਵੰਡਈਆ ਹੋ ਜਾਏ ਆਪ ਨੂੰ ਪਤਾ ਕਿਸ ਕਿਸਮ ਦੀ ਫਿਰ ਬਾਤ ਬਣ ਜਾਂਦੀ ਹੈ। ਅਤੇ ਉਹ ਦੂਸਰਾ ਭਰਾ ਜਿਹੜਾ ਉਹ ਕਹਿੰਦਾ ਵੀ ਓਕੇ ਹੁਣ ਮੈਂ ਆਪਣਾ ਨਲਕਾ ਲਵਾਉਣਾ। ਉਹ ਨਲਕਾ ਲਵਾਉਣ ਲੱਗਾ ਤਾਂ ਉਹਨੇ ਜਗ੍ਹਾ ਜਿਹੜੀ ਚੂਜ਼ ਕੀਤੀ ਨਾ, ਅਤੇ ਉਹ ਜਗ੍ਹਾ ਜਿਹੜੀ ਵੰਡ ਦੀ ਬਿਲਕੁਲ ਦੀਵਾਰ ਜਿੱਥੇ ਆਉਂਦੀ ਸੀ ਉਹ ਕਲੋਜ਼ ਸੀਗੀ। ਦੂਜਾ ਭਰਾ ਆਇਆ, ਉਹਨੇ ਕਿਹਾ ਨਹੀਂ 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 ਇਹ ਟੂ ਕਲੋਜ਼ ਆ, ਦੀਵਾਰ ਬਣਾਉਣੀ ਕੱਲ੍ਹ ਨੂੰ ਇੱਥੇ, ਅਜੇ ਦੀਵਾਰ ਕੋਈ ਨਹੀਂ ਬਣੀ, ਵਿਹੜਾ ਖੁੱਲ੍ਹਾ ਪਿਆ ਸਾਰਾ, ਨਥਿੰਗ ਇਜ਼ ਐਕਚੁਅਲੀ ਹੈਪਨਿੰਗ ਓਵਰ ਦੇਅਰ। ਉਹ ਕਹਿੰਦਾ ਨਲਕਾ ਇੱਥੇ ਨਹੀਂ, ਇੱਦੋਂ ਥੋੜ੍ਹਾ 2 ਫੁੱਟ ਪਰਾਂ ਲਗਾਓ। ਹੁਣ ਐਕਚੁਅਲ ਲੈਵਲ 'ਤੇ ਗੱਲ ਕੀ, ਗੱਲ ਇਹ ਹੈ ਇਰੀਟੇਸ਼ਨ ਆਲਰੇਡੀ ਅੰਦਰ ਚੱਲ ਰਹੀ ਹੈ ਇੱਕ ਦੂਜੇ ਦੇ ਪ੍ਰਤੀ, ਘਰਾਂ ਦੇ ਵਿੱਚ 100 ਚੀਜ਼ਾਂ ਹੁੰਦੀਆਂ ਨੇ, ਜਿਹੜਾ ਲਗਾਤਾਰ ਗਲਤ ਫੀਡ ਕਰਨਾ ਹੈਗਾ। ਹੁਣ ਸਾਧੂ ਸੰਗ ਭਜੋ ਗੋਪਾਲ, ਭਜਨ ਕੀ ਹੈ, ਭਜਨ ਤੁਹਾਨੂੰ ਇਹ ਸਿਖਾਉਂਦਾ ਹੈ ਹਲੀਮੀ ਵਿੱਚ ਰਹੋ, ਨਿਮਰਤਾ 'ਚ ਰਹੋ, ਹੰਕਾਰ 'ਚ ਰਹੋ, ਗੁੱਸਾ ਕ੍ਰੋਧ ਜਿਹੜਾ ਹੈਗਾ ਇਹਨੂੰ ਸਾਹਿਬ ਨੇ ਕਿਹਾ ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨੇ ਉਪਰਜਤੇ। ਲੋਕੀ ਕਹਿੰਦੇ ਕਲੇਸ਼ ਕੋਈ ਟੂਣਾ ਕਰ ਗਿਆ, ਉਹਦੇ 'ਚੋਂ ਜਨਮ ਲੈ ਗਿਆ, ਕਿਸੇ ਨੇ ਤਵੀਤ ਪਾ ਤਾ, ਕਿਸੇ ਨੇ ਧਾਗਾ, ਕਿਸੇ ਨੇ ਨਜ਼ਰ ਲਾ ਤੀ। ਬਾਬਾ ਜੀ ਕਹਿੰਦੇ ਬਿਲਕੁਲ ਨਹੀਂ, ਜਿੰਨਾ ਕਲੇਸ਼ ਆ ਸਾਡੇ ਕ੍ਰੋਧ ਵਿੱਚੋਂ ਜਨਮ ਲੈਂਦਾ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨੇ ਉਪਰਜਤੇ, ਜਦੋਂ ਸਾਡੇ ਸਿਰ 'ਤੇ ਸਵਾਰ ਹੁੰਦਾ ਨਾ, ਜਿੰਨਾ ਬੱਚਿਆਂ ਨੂੰ ਲੋਕੀ ਪੋਲੇ ਪੋਲੇ ਹੱਥ ਲਾਉਂਦਿਆਂ ਵੀ ਡਰਦੇ ਨੇ, ਫੁੱਲਾਂ ਵਾਂਗੂ ਰੱਖਦੇ ਨੇ, ਜਦੋਂ ਗੁੱਸੇ ਦੇ 'ਚ ਇੰਤਹਾ ਆਈ ਹੁੰਦੀ ਹੈ ਨਾ, ਬੰਦੇ ਦੇ ਹੱਥਾਂ ਦੇ ਤਾਪ ਆ ਜਾਂਦੀ ਹੈ, ਉਹਦੇ ਮੂੰਹ ਦੇ ਵਿੱਚ ਪੇੜਾਂ ਮਾਰਨ ਤੋਂ ਨਹੀਂ ਹਟਦਾ ਗੁੱਸਾ। ਇਹ ਕਦੰਚ ਕਰੁਣਾ ਬਿਲਕੁਲ ਹੈ ਹੀ ਨਹੀਂ ਕਿ ਤਰਸ ਦੀ ਬਿਰਤੀ ਆ ਜਾਵੇ ਬੰਦੇ ਦੇ ਵਿੱਚ। ਬੰਦੇ ਨੂੰ ਲੱਗਦਾ ਵੀ ਹੂ ਕੇਅਰ, ਹੁਣ ਤਾਂ ਜਾਂ ਇਹ ਹੈ ਨਹੀਂ ਅਤੇ ਜਾਂ ਮੈਂ ਹੈ ਨਹੀਂ, ਇਸ ਕਿਸਮ ਦੀ ਹਾਲਤ ਦੇ ਵਿੱਚ ਸਾਰੀ ਚਲੀ ਜਾਣਾ। ਹੁਣ ਬਾਤ ਇਹ ਬਣੀ ਕਿ ਇਰੀਟੇਸ਼ਨ ਆਲਰੇਡੀ ਚੱਲ ਰਹੀ ਹੈ, ਆਲੇ ਦੁਆਲੇ ਫੀਡ ਹੋ ਰਿਹਾ ਹੈਗਾ। ਉਹਨੇ ਕਿਹਾ ਕਿ ਨਲਕਾ ਹੈਗਾ, ਉਹ ਕਹਿੰਦਾ 2 ਫੁੱਟ ਪਰਾਂ ਲਗਾਓ, ਇਹ ਜਗ੍ਹਾ ਇੱਥੇ ਕੰਧ ਆਉਣੀ ਹੈਗੀ। ਉਹ ਦੂਸਰਾ ਭਰਾ ਕਹਿੰਦਾ ਲੈ ਕੰਧ ਆਉਣੀ ਤਾਂ ਕੀ ਹੋਇਆ, ਜਗ੍ਹਾ ਮੇਰੀ ਹੈ, ਤੂੰ ਵੰਡੇ 'ਚ ਆਈ ਹੈ, ਫੁੱਟ ਇੱਧਰ ਕੇ ਮੈਂ ਲਾਵਾਂਗਾ। ਉਹ ਕਹਿੰਦੇ ਤੈਂ ਵੀ ਤੂੰ ਲਾਏਗਾ, ਕੰਧ ਖਰਾਬ ਹੋਏਗੀ, ਪਰਾਂ ਕਰ। ਉਹ ਇਸ ਤਰੀਕੇ ਨਾਲ ਮਸਲਾ ਉਲਝ ਗਿਆ। ਜਦੋਂ ਉਲਝ ਗਿਆ ਤਾਂ ਉਹ ਬ੍ਰਦਰ ਜਿਹੜਾ ਹੈਗਾ ਇੱਕ, ਉਹ ਕਹਿੰਦਾ ਵੀ ਇਹਨੂੰ ਤੂੰ ਹੁਣੇ ਚੱਕ ਕੇ ਪਰਾਂ ਕਰ ਲੈ, ਨਹੀਂ ਤਾਂ ਮੈਂ ਤੈਨੂੰ ਦੱਸਾਂ ਮੈਂ ਗੋਲੀ ਮਾਰ ਦੇਣੀ ਹੈ। ਉਹ ਕਹਿੰਦਾ ਨਲਕਾ ਬਾਅਦ 'ਚ ਲੱਗਿਆ, ਪਹਿਲਾਂ ਗੋਲੀ ਮਾਰ ਤੂੰ, ਛੱਡੋ ਪਰਾਂ। ਮੂਵਮੈਂਟ ਆਫ ਹੀਟ। ਹੁਣ ਉਹ ਜਦੋਂ ਇਹ ਬਾਤ ਹੋ ਗਈ, ਉਹਨੂੰ ਲੱਗਾ ਵੀ ਇਹਨੇ ਮੇਰੇ ਹੰਕਾਰ ਨੂੰ ਨਲਕਾ ਰਿਹਾ, ਇਹ ਕੀ ਸਮਝਦਾ ਕਿ ਮੈਂ ਅੰਦਰੋਂ ਬੰਦੂਕ ਕੱਢ ਲਿਆ। ਹੁਣ ਬੰਦੂਕ ਕੱਢ ਲਿਆ ਆ, ਹਥਿਆਰ, ਵੈਪਨ, ਯੂ ਨੋ ਦੈਟਸ ਐਕਚੁਅਲੀ
ਇਹ ਜਿਹੜੀ ਚੀਜ਼ ਆ ਹੁਣ ਉਹ ਜਿਹੜੇ ਵਰਕਰ ਆਏ ਨੇ ਉਹ ਵੀ ਡੱਕ ਰਹੇ, ਮਤਲਬ ਨਲਕਾ ਲਵਾਉਣ ਵਾਲੇ ਸਾਰੇ, ਸਾਰੀ ਬਾਤ ਉਹ ਕਹੇ ਤੂੰ ਮਾਰ ਇੰਨਾ ਤੂੰ ਵੱਡਾ ਤੂੰ ਦਲੇਰ ਤੂੰ ਬੰਦੇ ਮਾਰਦਾ ਇੱਥੇ ਪਤਾ ਲੱਗ ਜਾਏਗਾ ਤੇਰਾ। ਉਹ ਦੂਸਰਾ ਕਹਿ ਰਿਹਾ ਮੈਂ ਹੁਣੇ ਅਲਟੀਮੇਟਲੀ ਐਂਡ ਇਹ ਹੋਇਆ ਕਿ ਉਹਨੇ ਟ੍ਰਿਗਰ ਦੱਬਤਾ ਸਿੱਧੀ, ਭਰਾ ਨੇ ਭਰਾ ਨੂੰ ਗੋਲੀ ਮਾਰਤੀ ਐਂਡ ਜਸਟ ਇਹ ਮੂਮੈਂਟ ਆਫ ਹੀਟ 'ਚ ਵਾਪਰ ਗਿਆ। ਹੁਣ ਹਕੀਕਤ ਇਹ ਹੈ ਕਿ ਹਾਲਤ ਇਹ ਹੈ ਸਾਹਮਣੇ ਭਰਾ ਲੋਥ ਬਣ ਗਿਆ, ਸੰਸਕਾਰ ਹੋ ਗਿਆ, ਸਾਰਾ ਕੁਛ ਹੋ ਗਿਆ, ਆਲਾ ਦੁਆਲਾ ਸੀਗਾ, ਲੋਕ ਸੀਗੇ, ਉਹਨਾਂ ਕਿਹਾ ਇੱਕ ਮਰ ਗਿਆ ਦੂਜੇ ਨੂੰ ਥਾਣੇ ਭਜਵਾਉਣਾ, ਗੱਲ ਤੇ ਇਤਨੀ ਕੁ ਝਗੜਾ ਤੇ ਇਸੇ ਗੱਲ ਦਾ ਸੀ ਸਾਰਾ। ਅਖੀਰ ਹੋਇਆ ਇਹ ਕਿ ਉਹ FIR ਵਗੈਰਾ ਨਾ ਹੋਣ ਦਿੱਤੀ, ਕੁਛ ਨਾ ਹੋਇਆ ਇਸ ਰੂਪ ਦੇ ਵਿੱਚ। ਲੋਕਾਂ ਨੇ ਸੋਚਿਆ ਬਚਾ ਲਓ ਇੱਕ ਨੂੰ ਤੇ ਸੇਵ ਕਰੋ, ਘੱਟ ਤੋਂ ਘੱਟ ਘਰ ਤੋਂ ਕੋਈ 1 ਕਿਲੋਮੀਟਰ ਖੇਤਾਂ ਦੇ ਵਿੱਚੋਂ ਹੀ ਰੇਲ ਦੀ ਲਾਈਨ ਲੰਘਦੀ ਸੀਗੀ। ਇੱਕ ਦਿਨ ਗਿਆ, ਦੋ ਦਿਨ ਗਿਆ, ਤੀਸਰੇ ਦਿਨ ਅੰਦਰ ਪੂਰੇ ਦਾ ਪੂਰਾ ਅਬਾਲ ਆਇਆ, ਜਾ ਕੇ ਟ੍ਰੇਨ 'ਤੇ ਸੁਸਾਈਡ ਕਰਤਾ, ਡਨ। ਇਹ ਹੈ ਕੱਲ ਕਲੇਸ਼, ਇਹਦੀ ਕੋਈ ਘਾਟ ਨਹੀਂ ਹੈ ਸਵਾਏ ਇਸ ਚੀਜ਼ ਦੇ। ਅਤੇ ਫਿਰ ਮੈਂ ਬੇਨਤੀ ਕਰਾਂਗਾ, ਹੁੰਦਾ ਇਹ ਹੈ ਜਿਹੜਾ ਬਚਨ ਲਿਖਿਆ ਨਾ, ਤਰਨ ਤਾਰਨ ਹਰ ਨਿੱਧ ਦੁੱਖ ਨਾ ਸਕੇ ਬਿਆ, ਇਹ ਛੋਟੀ ਗੱਲ ਨਹੀਂ ਹੈ। ਸਾਨੂੰ ਸਿੰਪਲ ਇਗਜ਼ਾਮਪਲ ਮਹਾਰਾਜ ਦੀ ਬਾਣੀ, ਬਾਣੀ ਦਾ ਲਿਟਰੇਚਰ ਅਤੇ ਸਾਡੇ ਸੰਸਾਰ ਦੇ ਵਿੱਚ ਸਾਨੂੰ ਸਮਝ ਆ ਰਹੀ। ਭਾਈ ਗੁਰਦਾਸ ਜੀ ਅਸੀਂ ਇੱਕ ਪਦਾ ਕਈ ਵਾਰੀ ਪੜ੍ਹਦੇ ਹਾਂ, ਉਹ ਕਹਿੰਦੇ ਜੈਸੇ ਕਰ ਲੱਗ ਹੈ ਆਗ ਜਾਗ, ਕੂਆ ਖੋਦਿਓ ਚਾਹੈ ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈ ਹੈ। ਸਾਧੂ ਸੰਗਤ ਆਮ ਦਿਨਾਂ ਵਿੱਚ ਕਰੋ, ਆਮ ਹਾਲਾਤਾਂ ਵਿੱਚ ਕਰੋ, ਭਜਨ ਬੰਦਗੀ ਕਰਨ ਦੀ ਜਾਚ ਉਦੋਂ ਸਿੱਖੋ। ਇਹ ਇਸ ਤਰ੍ਹਾਂ ਹੈ ਜਿਵੇਂ ਘਰ ਦੇ ਵਿੱਚ ਖੂਹ ਪੱਟੀ ਆ ਜਾਏ, ਖੂਹ ਟਾਈਮ ਨਾਲ ਪੱਟੋ, ਉੱਧਰੋਂ ਘਰ ਨੂੰ ਅੱਗ ਲੱਗ ਜੇ ਅਤੇ ਬੰਦਾ ਵਿਹੜੇ 'ਚ ਖੂਹ ਪੱਟ ਕੇ ਕਹੇ ਹੁਣ ਮੈਂ ਖੂਹ 'ਚੋਂ ਪਾਣੀ ਕੱਢ ਕੇ ਅਤੇ ਘਰ ਦੀ ਅੱਗ ਬੁਝਾਵਾਂਗਾ, ਨਹੀਂ ਬੁਝੇਗੀ। ਇਹ ਇਨ ਟਾਈਮ ਕੀਤਾ ਜਾਏ, ਪਹਿਲਾਂ ਕੀਤਾ ਜਾਏ। ਇਹੋ ਜਿਹੀਆਂ ਆਦਤਾਂ, ਇਹੋ ਜਿਹਾ ਜੀਵਨ ਸੁਭਾਵ, ਸੰਗਤ ਕਰਨੀ ਲਗਾਤਾਰ ਰੂਟੀਨ ਦੇ ਵਿੱਚ। ਅਤੇ ਫਿਰ ਇਹ ਸ਼ੀਸ਼ੇ ਵਿਖਾਉਣ ਦੀ ਨਿਆਈ ਹੈ। ਹੁਣ ਜਿਵੇਂ ਬਾਤ ਮੈਂ ਤੁਹਾਡੇ ਸਾਹਮਣੇ ਕੀਤੀ ਹੈ, ਮੇਰੇ ਵੀ ਜ਼ਹਿਨ ਵਿੱਚ ਕਿਤੇ ਪਤਾ ਨਹੀਂ ਕਿਸ ਖਾਨੇ 'ਚ ਪਈ ਹੋਣੀ ਹੈ। ਮੈਂ ਆਮ ਐਕਚੁਲੀ ਜਸਟ ਰਿਵਾਈਜ਼ਿੰਗ ਇਟ ਇਨ ਫਰੰਟ ਆਫ ਦਿਸ ਕੋਂਗਰੀਗੇਸ਼ਨ, ਦੈਨ ਡੈਫੀਨੇਟਲੀ ਦਿਸ ਇਜ਼ ਆਲਸੋ ਏ ਗੁੱਡ ਐਗਜ਼ਾਮਪਲ ਫਾਰ ਮਾਈ ਐਕਚੁਲੀ ਥੋਟ ਪ੍ਰੋਸੈਸ। ਇਫ ਸਮ ਹਾਓ ਆਈ ਐਮ ਗੈਟਿੰਗ ਸਟੱਕ ਇਨ ਸਮ ਕਾਇੰਡ ਆਫ ਐਂਗਰ ਫੀਲਿੰਗਸ, ਦੈਨ ਡੈਫੀਨੇਟਲੀ ਦੀਜ਼ ਐਗਜ਼ਾਮਪਲਸ ਆਰ ਵੈਰੀ ਹੈਲਪਫੁਲ ਫਾਰ ਮੀ। ਐਂਡ ਸੇਮ ਵੇ ਗੁਰਬਾਣੀ, ਐਜ਼ ਆਈ ਵਾਜ਼ ਰਿਸਾਈਟਿੰਗ ਸਲੋਕ ਸਹਿਸਕ੍ਰਿਤ ਇਜ਼ ਵਾਕ ਜਿਹੜਾ ਸੀਗਾ ਵੀ ਹੇ ਕਲ ਮੂਲ ਕ੍ਰੋਧੰ ਕਦੰਚ ਕਦੰਚ, ਜ਼ਰਾ ਵੀ ਕਰੋਨਾ ਤਰਸਾਉਣ ਹੀ ਨਹੀਂ ਦੇਣਾ ਉਹਨੇ ਉਸ ਰੂਪ ਦੇ ਵਿੱਚ। ਆਪ ਰੰਗ ਦੇਖੋ, ਮੈਂ ਇੱਥੇ ਪ੍ਰਿਜ਼ਨਸ ਦੇ ਵਿੱਚ ਬੜੇ ਇਹੋ ਜਿਹੇ ਰੰਗ ਦੇਖਦਾ ਹੈਗਾ, ਇੰਤਹਾ ਆ। ਅੱਜ ਬੜੀ ਜਿਹੜਾ ਹੈਗਾ ਵੈਸਟ ਕੋਸਟ ਤੋਂ ਮੈਨੂੰ ਅੱਜ ਸਵੇਰ ਤੋਂ ਇੱਕ ਲਗਾਤਾਰ ਬੈਕ ਐਂਡ ਫੋਰ ਸਾਡਾ ਕੰਮ ਚੱਲ ਰਿਹਾ ਹੈਗਾ ਪ੍ਰਿਜ਼ਨ ਦੇ ਵਿੱਚ। ਕੋਈ ਬਹੁਤ ਵੱਡਾ ਜਿਹੜਾ ਹੈਗਾ ਨਾਮਵਰ ਪ੍ਰਿਜ਼ਨਰ ਆ ਅਤੇ ਉਹਨਾਂ ਨੇ ਉੱਥੇ ਬੜੀ ਮੈਕਸ ਸਿਕਿਉਰਿਟੀ 'ਚ ਰੱਖਿਆ ਹੈਗਾ ਅਤੇ ਹੁਣ ਉੱਥੇ ਬੈਠਾ ਹੈਗਾ ਉਸ ਰੂਪ ਦੇ ਵਿੱਚ। ਅਤੇ ਅਲਟੀਮੇਟਲੀ ਫੈਮਿਲੀ ਦੇ ਵਿੱਚ ਇੱਕ ਹੀ ਕਲੋਜ਼ ਮੈਂਬਰ ਸੀ ਅਤੇ ਉਹਦੀ ਨੈਚੁਰਲ ਡੈਥ ਹੋ ਗਈ ਹੈ ਬਾਹਰ। ਹੁਣ ਹਾਲਤ ਇਹ ਹੈ ਕਿ ਕਦੀ ਆਪ ਉਸ ਲੈਵਲ 'ਤੇ ਸਭ ਕੰਮ ਕਰਦਾ ਸੀਗਾ, ਅੱਜ ਉਹਦਾ ਆਪਣੀ ਫੈਮਿਲੀ 'ਚ ਹੋਈ ਹੈ, ਬਿਲਕੁਲ ਡਿਪਰੈਸਡ ਹੋ ਗਿਆ, ਥੱਲੇ ਚਲਾ ਗਿਆ। ਹੁਣ ਪਤਾ ਲੱਗ ਰਿਹਾ ਵੀ ਉਹ ਵੀ ਕਿਸੇ ਦੇ
ਜਿਹੜਾ ਹੈਗਾ, ਜਿਹੜਾ ਕੋਈ ਕਿਸੇ ਦਾ ਬਿਲਵਡ ਵਨ ਹੁੰਦਾ, ਪਿਆਰਾ ਹੁੰਦਾ, ਕਿਸੇ ਦੇ ਘਰ ਦਾ ਮੈਂਬਰ ਹੁੰਦਾ ਹੈਗਾ, ਉਹਦੀ ਕੀ ਵੈਲਿਊ ਹੁੰਦੀ ਹੈ? ਇਸ ਤਰੀਕੇ ਦੇ ਨਾਲ ਇਹ ਜਿਹੋ ਜਿਹੀਆਂ ਚੀਜ਼ਾਂ ਰੂਟੀਨ ਵਿੱਚ ਡਿਸਕਸ ਹੋਣ, ਆਲੇ ਦੁਆਲੇ ਵੇਖੇ ਬੰਦਾ, ਇਹਨਾਂ ਤਕਲੀਫਾਂ ਨਾਲ ਦੋ ਚਾਰ ਹੁੰਦੇ ਲੋਕਾਂ ਨਾਲ ਜਿਹੜਾ ਹੈਗਾ ਸਨੇਹੀ ਬਣੇ, ਬੰਦੇ ਦੇ ਵਿਹਾਰ 'ਚ ਕਿੰਨਾ ਚੇਂਜ ਆ ਸਕਦਾ ਹੈਗਾ। ਸਾਹਿਬ ਮਹਾਰਾਜ ਜ਼ਿਕਰ ਕਰਦੇ ਇਹੀ ਇਸ ਡੁੱਬਦੇ ਹੋਏ ਸੰਸਾਰ ਵਿੱਚ ਬਚਾਅ ਦਾ ਇੱਕ ਜ਼ਰੀਆ ਹੈ, ਨਹੀਂ ਤਾਂ ਕੋਈ ਪਤਾ ਨਹੀਂ। ਅਕਸਰ ਬੰਦਾ ਹੋਰ ਚੀਜ਼ਾਂ ਦੀਆਂ ਬਾਤ ਪਾਉਂਦਾ ਹੈਗਾ, ਸਾਡੇ ਤਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਰੋਡ ਰੇਜ ਕਿੱਦਾਂ ਕਰ ਹੋ ਜਾਂਦੇ, ਇੱਥੇ ਲੋਕ ਮਾੜੀ ਜਿਹੀ ਗੱਲ ਦੇ ਉੱਤੇ ਜਿਹੜਾ ਹੈਗਾ ਆਲੇ ਦੁਆਲੇ ਕਿਤੇ ਆਉਂਦੇ ਜਾਂਦੇ, ਪਾਰਕਿੰਗ ਲਾਟ 'ਚ ਕਿਤੇ ਕਿਸ ਤਰੀਕੇ ਦੇ ਨਾਲ ਹੌਂਕ ਕਰਨ ਲੱਗ ਜਾਂਦੇ। ਕੀ ਹੈ? ਹੀਟ ਆਫ ਮੂਵਮੈਂਟ। ਤਰਨ ਤਾਰਨ ਹਰ ਨਿੱਧ, ਜਿਹਦੇ ਕੋਲ ਥੋੜ੍ਹਾ ਬਹੁਤਾ ਖਜ਼ਾਨਾ ਹੈਗਾ, ਜਿਹਨੂੰ ਅਹਿਸਾਸ ਹੁੰਦਾ ਕਿ ਮਨੁੱਖ ਨੂੰ ਮਨੁੱਖ ਦੇ ਰੂਪ ਵਿੱਚ ਬਣ ਕੇ ਰਹਿਣਾ ਚਾਹੀਦਾ, ਇਸ ਤਰੀਕੇ ਦੇ ਨਾਲ ਹੀ ਬੰਦੇ ਨੂੰ ਚੱਲਣਾ ਚਾਹੀਦਾ ਹੈਗਾ, ਉਹ ਜਿਹੜੀ ਸੋਚ ਅੰਦਰ ਕਿਤੇ ਪਈ ਹੈ। ਸਭ ਕਹਿੰਦੇ ਫਿਰ ਦੁੱਖ ਨਾ ਸਕੇ ਬਿਆਪ, ਫਿਰ ਜੀਵਨ 'ਚ ਜਿਹੜੀ ਬਹੁਤ ਵੱਡੀ ਦੁੱਖ ਦੀ ਤਕਲੀਫ ਵੇਦਨ ਆਉਣੀ ਹੈ ਨਾ, ਬੰਦੇ ਦਾ ਬਚਾਅ ਹੋ ਜਾਂਦਾ ਉਹਦੇ ਤੋਂ। ਅਗਲੇਰਾ ਬਚਨ ਸਾਹਿਬ ਨੇ ਲਿਖਿਆ ਇਹਦੇ ਵਿੱਚ, ਸਭ ਕਹਿੰਦੇ ਨੇ ਕਿ ਆਦਿ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ। ਇੱਕ ਅਦ੍ਰਿਸ਼ਟ ਅਕਾਲ ਪੁਰਖ ਵਾਹਿਗੁਰੂ ਜਿਹੜਾ ਆਦਿ ਅੰਤ ਦਿਆਲ, ਦਇਆ ਦਾ ਘਰ ਆ, ਜਿਹੜਾ ਸ਼ੁਰੂ ਤੋਂ ਅਖੀਰ ਤੱਕ ਸਾਡੇ ਸਭ ਦਾ ਸਹਾਰਾ ਹੈਗਾ, ਤਿਸ ਬਿਨਾ ਨਹੀਂ ਕੋਈ, ਉਹਦੇ ਤੋਂ ਬਿਨਾਂ ਸਾਡਾ ਕੋਈ ਸਹਾਰਾ ਵੀ ਨਹੀਂ। ਸੋ ਉਹਦੇ ਨਾਲ ਵਿਚਾਰਕ ਤੌਰ 'ਤੇ ਆਪਣੀ ਸਾਂਝ ਬਣਾ ਕੇ ਰੱਖਣੀ, ਉਹਦੀ ਬਾਤ ਹੈ। ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ, ਜਿਹੜੇ ਉਹਦੀ ਸਮ੍ਰਿਤੀ ਵਿੱਚ ਚਲੇ ਜਾਂਦੇ ਨੇ, ਭਜਨ ਵਿੱਚ ਚਲੇ ਜਾਂਦੇ ਨੇ, ਜੰਮਣ ਮਰਨ ਨਿਰਵਿਰਤ ਹੋ ਜਾਂਦਾ ਹੈ। ਇਹ ਗੁਰੂ ਸਾਹਿਬ ਤੁਹਾਡੀ ਰਾਏ ਹੋਣੀ ਹੈ ਸਾਰੇ ਦੀ ਸਾਰੀ, ਗੁਰੂ ਅਰਜਨ ਸਾਹਿਬ ਬੰਦਾ ਐਵੇਂ ਵੀ ਕਹਿ ਹੀ ਸਕਦਾ। ਫਿਰ ਸਾਹਿਬ ਨੇ ਕੁਝ ਚੀਜ਼ਾਂ ਨੂੰ ਰੈਸ਼ਨਲਾਈਜ਼ ਕੀਤਾ ਇਹਦੇ ਵਿੱਚ। ਅਕਸਰ ਸ਼ਬਦਾਂ 'ਚ ਗੁਰੂ ਸਾਹਿਬ ਬੜੇ ਫਿਲੋਸਫੀਕਲ ਢੰਗ ਨਾਲ ਬਾਤ ਕਰਕੇ ਫਿਰ ਉਹਨੂੰ ਨਾ ਕਿਸੇ ਤਰਕ ਵਿੱਚ ਲੈ ਕੇ ਜਾਂਦੇ ਨੇ, ਰੈਸ਼ਨਲ ਸਾਈਡ 'ਤੇ ਲੈ ਆਉਂਦੇ ਨੇ। ਇੱਥੇ ਸਾਹਿਬ ਨੇ ਜ਼ਿਕਰ ਕੀਤਾ ਹੈ, ਬੇਦ ਸਿਮ੍ਰਿਤ ਕਥੈ ਸਾਸਤ ਭਗਤ ਕਰਹਿ ਵਿਚਾਰ, ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ। ਦੁਨੀਆਂ ਦਾ ਕੋਈ ਵੀ ਕ੍ਰੈਡੀਬਲ ਜਿਹੜਾ ਸੋਰਸ ਆ ਉਹਨੂੰ ਚੈੱਕ ਕਰਕੇ ਵੇਖੋ, ਕੋਈ ਵੀ ਸੋਰਸ। ਇਹਦੇ ਸਾਹਿਬ ਨੇ ਗਿਣਾਏ ਨੇ ਬੇਦ ਸਿਮ੍ਰਿਤ ਕਥੈ ਸਾਸਤ, ਸ਼ਾਸਤਰ ਕਿਤਾਬਾਂ, ਧਾਰਮਿਕ ਗ੍ਰੰਥ ਵੱਡੇ ਵੱਡੇ ਪੜ੍ਹ ਲਓ ਸਾਰੇ, ਦੇਖੋਗੇ ਉਹਦੇ 'ਚ ਜਾ ਕੇ। ਭਗਤ ਕਰੇ ਵਿਚਾਰ, ਸਿਆਣੇ ਭਗਤ ਜਿਹੜੇ ਡਿਵੋਸ਼ਨਲ ਪ੍ਰੈਕਟਿਸਿਸ ਵਿੱਚ ਰਹੇ ਲੋਕ, ਉਹਨਾਂ ਦੇ ਬਚਨ ਸੁਣ ਲਵੋ, ਸਾਰੇ ਇੱਕ ਮਤ ਹੋਣਗੇ, ਇੱਕ ਨਿਰਣੇ 'ਤੇ ਹੋਣਗੇ ਕਿ ਮੁਕਤ ਪਾਈਏ ਸਾਧ ਸੰਗਤ ਬਿਨਸ ਜਾਏ ਅੰਧਾਰ। ਜਿਹੜੀ ਮੁਕਤੀ ਹੈ ਉਹ ਸਤਸੰਗਤ ਵਿੱਚੋਂ ਹੀ ਪ੍ਰਾਪਤ ਹੋਏਗੀ, ਇਹਦੇ ਜ਼ਰੀਏ ਹੀ ਸਾਡੇ ਮਨ ਦੀ ਦੁਨੀਆ ਦਾ ਹਨੇਰਾ ਅਸੀਂ ਕੁਝ ਆਪਣੇ ਆਪ ਨੂੰ ਇਨਲਾਈਟਡ ਕਰ ਸਕਾਂਗੇ, ਰੋਸ਼ਨ ਦਿਮਾਗ ਹੋ ਸਕਾਂਗੇ, ਤਾਂ ਜੀਵਨ ਵਿੱਚ ਕੁਝ ਚੰਗੇਰਾ ਫਰਕ ਆ ਸਕੇਗਾ। ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ, ਸਾਹਿਬ ਕਹਿੰਦੇ ਇਸ ਜਨਮ ਦੀ ਵੀ ਜਿਹੜੀ ਆਸ ਉਮੀਦ ਆ ਉਹ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਅਤੇ ਤੁਹਾਡੇ ਕੌਲ ਰੂਪੀ ਚਰਨਾਂ ਦਾ ਸਹਾਰਾ ਹੈਗਾ। ਮੌਲਿਕ ਗੱਲ ਇਹ ਹੈ, ਗੁਰੂ ਸਾਹਿਬ ਕਹਿੰਦੇ ਮੈਨੂੰ ਵੀ ਇੱਥੋਂ ਹੀ ਸਭ ਜਿਹੜੀ ਹੈ ਮਦਦ ਮਿਲਦੀ ਹੈ, ਮੈਨੂੰ ਵੀ ਇੱਥੋਂ ਹੀ ਸਾਰੇ ਦੀ ਸਾਰੀ ਰੌਸ਼ਨੀ ਮਿਲ ਰਹੀ ਹੈ। ਸੋ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ, ਤਾਣ ਮਾਣ ਦੀਬਾਨ ਸਾਚਾ ਨਾਨਕ ਕੀ ਪ੍ਰਭ ਟੇਕ। ਤਾਣ ਮਾਣ ਦੀਬਾਨ, ਜਿਹਨੂੰ ਕਿਹਾ ਜਾਏ ਕਿ ਬਿਲਕੁਲ ਹਰ ਰੂਪ ਦੇ ਵਿੱਚ ਮੇਰਾ ਸਹਾਰਾ ਤੂੰ ਹੈ, ਮੈਨੂੰ ਸਹਾਈ ਤੂੰ ਹੈ ਮਾਲਕ, ਤੇਰਾ ਨਾਮ ਅਤੇ ਤੇਰੀ ਹੀ ਜਿਹੜੀ ਭਗਤੀ ਕਰਨ ਵਾਲਾ ਰੰਗ, ਭਜਨ ਬੰਦਗੀ ਕਰਨ ਵਾਲਾ ਰੰਗ ਹੈ, ਉਹੀ ਮੇਰਾ ਮਦਦਗਾਰ ਹੈ। ਤੂੰ ਹੀ ਤਾਣ ਹੈ, ਤੂੰ ਹੀ ਮਾਣ ਹੈ, ਤੂੰ ਹੀ ਦੀਬਾਨ ਹੈ। ਸਾਚਾ ਨਾਨਕ ਕੀ ਪ੍ਰਭ ਟੇਕ, ਹੇ ਨਾਨਕ
ਪ੍ਰਭੂ ਜੀ ਤੂੰ ਹੀ ਮੇਰੀ ਟੇਕ, ਤੂੰ ਹੀ ਮੇਰਾ ਓਟ ਆਸਰਾ ਹੈ। ਸਾਹਿਬ ਬਖਸ਼ਿਸ਼ ਕਰਨ ਇਹ ਅਲਾਹੀ ਬਚਨ ਸਾਨੂੰ ਚੰਗੇਰੀ ਪ੍ਰੇਰਨਾ ਵਿੱਚ ਲਿਜਾਣ, ਅਸੀਂ ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਿਤਾਰਿਓ। ਭਾਈ ਸਾਹਿਬ ਸਮਾਪਨ ਕਰਾਉਣਗੇ, ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।